ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ ਨਾਨਕ ਹੋਸੀਪੀ ਸੱਚ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਜਿਉਂ ਬੋਲਾ ਵਹੇ ਤਿਉਂ ਬੋਲਹਿ ਸੁਆਮੀ ਕੁਦਰਤ ਕਮਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰਹੇ ਵਿਚਾਰ ਬੰਦੇ ਸੇਜ ਪਵਹੇ ਵਿੱਚ ਬੰਦੀ ਵੇਖਣ ਕਾ ਦੀਦਾਰ ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵਹੇ ਅਰਚਾ ਪੂਜਾ ਅਗਰ ਵਾਸ ਵਹਿਕਾਰ
ਜੋਗੀ ਸੁਣ ਧਿਆਵਨ ਜੇਤੇ ਅਲੱਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤੀਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇ ਮੰਗਹੇ ਸਹਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੂੜਿਆਰਾ ਖਾਰਾ ਬਾਬੇਕਾਰ ਇੱਕ ਹੋਦਾ ਖਾਏ ਚੱਲਹੇ ਐ ਥਾਊ ਤਿਨਾ ਪੇਕਾਈ ਕਾਰ ਜਾਲ ਥਲ ਜੀਆ ਪੂਰੀਆ ਲੋਆ ਆਕਾਰਾ ਕਾਰ ਓਏ ਜੇ ਆਖ ਹੈ ਤੂੰ ਓਏ ਜੇ ਆਖ ਹੈ ਸੋ ਤੂੰ ਹੈ ਜਾਣ ਹੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਛਾਰ ਮੁਸਲਮਾਨਾ ਸਿਫਤ ਸਰੀਅਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰਣਾ ਨਿਦਾਨ ਗੁਰੂ ਗਰੀਬ ਨਿਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਯੁਗੋ ਯੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਣਾਂ ਵਿੱਚ ਬੈਠ ਕੇ ਜੋ ਹਰ ਰੋਜ਼ ਇਸ ਪਾਵਨ ਅਸਥਾਨ ਤੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ ਪਿਆਰ ਸਤਿਕਾਰ ਸਹਿਤ ਗੁਰੂ ਚਰਣਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬਨ ਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚੌਥੇ ਸਵਰੂਪ ਸੋਢੀ ਸੁਲਤਾਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦਾ ਅੱਜ ਜੋਤੀ ਜੋਤ ਪਾਵਨ ਦਿਹਾੜਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਦੀ ਕੁੱਲ ਆਰਬਲਾ ਸਾਧ ਸੰਗਤ ਜੀ 47 ਸਾਲ ਤੇ 16 ਦਿਨ ਦੀ ਬਣਦੀ ਹੈ ਇਤਿਹਾਸ ਦੇ ਪੰਨਿਆਂ ਮੁਤਾਬਿਕ। ਔਰ ਜੀਵਨ ਕਾਲ ਦੌਰਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਲੰਬੇਰਾ ਸਮਾਂ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਗੁਰੂ ਘਰ ਦੀਆਂ ਮਹਾਨ ਸੇਵਾਵਾਂ ਨੂੰ ਨਿਭਾਇਆ। ਕਦੇ ਵੀ ਸਤਿਗੁਰੂ ਜੀ ਦੇ ਬਚਨਾਂ ਦੀ ਉਲੰਘਣਾ ਨਹੀਂ ਸੀ ਕੀਤੀ। ਭਾਵੇਂ ਛੋਟੀ ਆਰਬਲਾ ਦੇ ਵਿੱਚ ਹੀ ਮਾਤਾ ਪਿਤਾ ਸਰੀਰ ਛੱਡ ਗਏ ਸਨ, ਸੱਚਖੰਡ ਗਮਨ ਕਰ ਗਏ ਸਨ, ਪਰ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਹੈ, ਕਦਾਚਿਤ ਵੀ ਮਾਤਾ ਪਿਤਾ ਦਾ ਮੋਹ ਨਹੀਂ ਮਨ ਦੇ ਅੰਦਰ ਜਾਗਰਤ ਹੋ ਸਕਿਆ। ਇੰਨਾ ਪਿਆਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੇ ਵਿੱਚੋਂ ਮਿਲਿਆ, ਕਿਉਂਕਿ ਗੁਰੂ ਚਰਨਾਂ ਦੀ ਸੇਵਾ ਸਤਸੰਗਤ ਜੀ ਬਹੁਤ ਮਹਾਨ ਹੈ। ਜਿਹੋ ਜਿਹੀ ਭਾਵਨਾ ਦੇ ਨਾਲ ਕੋਈ ਗੁਰਸਿੱਖ ਪ੍ਰਾਣਾ ਧਾਰੀ ਜੀਵ ਸੇਵਾ ਕਰਦਾ ਹੈ, ਸਤਿਗੁਰੂ ਜੀ ਉਹਦੀ ਝੋਲੀ ਦੇ ਵਿੱਚ ਉਹ ਜਿਹਾ ਹੀ ਫਲ ਪਾ ਦਿੰਦੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਮੁੱਖ ਵਾਕ ਹੈ ਸਹਿਸਕ੍ਰਿਤੀ ਸਲੋਕਾਂ ਦੇ ਅੰਦਰ, ਪਾਛੰ ਕ੍ਰੋਧ ਅਗਰਣੀ ਵਹਿ ਨਿਰਾਸੰ ਆਸ ਪੂਰਨ ਹੈ, ਨਿਰ ਧਨ ਭਇੰ ਧਨਵੰਤ ਹੈ ਰੋਗੀਅੰ ਰੋਗ ਖੰਡਨ ਹੈ, ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ। ਕਿ ਜਿੱਦਾਂ ਦੀ ਮਨ ਵਿੱਚ ਭਾਵਨਾ ਲੈ ਕੇ ਕੋਈ ਸੇਵਾ ਕਰਦਾ ਹੈ, ਸਤਿਗੁਰੂ ਜੀ ਉਸੇ ਤਰ੍ਹਾਂ ਜੀਵ ਦੀ ਝੋਲੀ ਵਿੱਚ ਦਾਤ ਪਾ ਦਿੰਦੇ ਹਨ, ਰੋਗੀਆਂ ਦੇ ਰੋਗ ਖੰਡ ਦਿੰਦੇ ਹੈ, ਕੰਗਾਲਾਂ ਨੂੰ ਧਨ ਦੇ ਦਿੰਦੇ ਹਨ, ਜਿਨ੍ਹਾਂ ਦੇ ਮਨ ਵਿੱਚ ਸੰਸਾਰ ਦੇ ਅੰਦਰ ਆਸਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੈ, ਜਿਵੇਂ ਬਾਬਾ ਆਦਮ ਜੀ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਸੀ, ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਇਸ ਪ੍ਰਕਾਰ ਜਿਨ੍ਹਾਂ ਦੇ ਮਨ ਵਿੱਚ ਭਾਵਨਾ ਕਿ ਸਾਨੂੰ ਕੀਰਤਨ ਕਰਨ ਦੀ ਦਾਤ ਮਿਲ ਜਾਵੇ, ਉਹਨਾਂ ਨੂੰ ਜਸ ਕਰਨ ਦੀ ਦਾਤ ਮਿਲ ਜਾਂਦੀ ਹੈ। ਬਹੁਤਾ ਲੰਬੇਰਾ ਸਮਾਂ ਪਰਮੇਸ਼ਰ ਦੀ ਭਗਤੀ ਕਰੀਏ, ਉਹਨਾਂ ਨੂੰ ਭਗਤੀ ਦੀ ਦਾਤ ਮਹਾਰਾਜ ਬਖਸ਼ਿਸ਼ ਕਰ ਦਿੰਦੇ ਹਨ। ਤੇ ਇਹ ਬਚਨ ਉਚਾਰਨ ਕਰਕੇ ਸਤਿਗੁਰੂ ਜੀ ਨੇ ਕਿਹਾ ਹੈ, ਪਾਰ ਬ੍ਰਹਮ ਪੁਰਖ ਦਾ ਤਾਰ ਹੈ ਨਾਨਕ ਗੁਰ ਸੇਵਾ ਕਿਨ ਨਾ ਲੱਭਿਆ ਤੇ। ਇਹ ਗੁਰਸਿੱਖੋ ਕਿਹੜੀ ਦਾਤ ਹੈ ਜੋ ਗੁਰੂ ਚਰਨਾਂ ਦੀ ਸੇਵਾ ਕਰਨ ਨਾਲ ਨਹੀਂ ਪ੍ਰਾਪਤ ਹੋ ਸਕਦੀ, ਭਾਵ ਸਮੁੱਚੀਆਂ ਦਾਤਾਂ ਜੀਵ ਨੂੰ ਪ੍ਰਾਪਤ ਹੋ ਸਕਦੀਆਂ ਜੇ ਭਾਵਨਾ ਦੇ ਨਾਲ ਗੁਰੂ ਚਰਨਾਂ ਦੀ ਸੇਵਾ ਕਰ ਲਵੇ। ਤੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਨੇ ਲੰਬੇਰਾ ਸਮਾਂ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹੀ ਦੇ ਚਰਨਾਂ ਦੀ ਸੇਵਾ ਕਮਾਈ ਹੈ ਔਰ ਸਤਿਗੁਰੂ ਜੀ ਦਾ ਹੀ ਸਰੂਪ ਪ੍ਰਾਪਤ ਕਰ ਲਿਆ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਸੀ। ਰਿਸ਼ਤੇਦਾਰੀ ਦੇ ਵਿੱਚੋਂ ਭਾਵੇਂ ਦੁਨਿਆਵੀ ਰਿਸ਼ਤੇਦਾਰੀ ਦੇ ਵਿੱਚ ਸਤਿਗੁਰੂ ਜੀ ਦੇ ਭਾਵੇਂ ਜਵਾਈ ਲੱਗਦੇ ਸਨ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਸੁਪੁੱਤਰੀ ਬੀਬੀ ਭਾਨੀ ਜੀ ਦੇ ਨਾਲ ਵਿਆਹ ਕਾਰਜ ਹੋਇਆ, ਆਨੰਦ ਕਾਰਜ ਕੀਤਾ ਸੀ। ਭਾਵੇਂ ਜੋ ਪਰਿਵਾਰ ਵਾਲੇ ਸਖੀ ਸੰਬੰਧੀ ਲਾਹੌਰ ਤੋਂ ਚੱਲ ਕਰਕੇ ਆਏ ਸਨ, ਬੜਾ ਉਹਨਾਂ ਨੇ ਆ ਕਰਕੇ ਮਨ ਨੂੰ ਡਲਾਉਣ ਦਾ ਯਤਨ ਕੀਤਾ ਸੀ ਕਿ ਸਹੁਰੇ ਪਰਿਵਾਰ ਘਰ ਦੇ ਵਿੱਚ ਰਹਿ ਕਰਕੇ ਵੀ ਤੁਸੀਂ ਸੇਵਾ ਕਰ ਰਹੇ ਹੋ, ਪਰ ਕਿਸੇ ਦੀ ਵੀ ਕਾਨ ਕਨੌਟ ਮਨ ਦੇ ਉੱਪਰ ਥੋੜਾ ਜਿੰਨਾ ਵੀ ਅਸਰ ਨਹੀਂ ਸੀ ਕੀਤਾ।
ਕੇਵਲ ਗੁਰੂ ਚਰਨਾਂ ਦੀ ਸੇਵਾ ਦੇ ਨਾਲ ਮਨ ਦੇ ਅੰਦਰ ਪਿਆਰ ਬਣਾ ਕਰਕੇ ਰੱਖਿਆ ਸੀ ਔਰ ਹਿਰਦੇ ਹੋ ਕੇ ਹਰ ਸਮੇਂ ਸੇਵਾ ਦੇ ਵਿੱਚ ਹੀ ਤਤਪਰ ਰਹਿੰਦੇ ਸਨ। ਨੇਤਰਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹੀ ਦੇ ਹਰ ਸਮੇਂ ਦੀਦਾਰ ਪਰਸਦੇ, ਰਸਨਾ ਤੋਂ ਹਰ ਸਮੇਂ ਪਰਮੇਸ਼ਰ ਦਾ ਨਾਮ ਸਿਮਰਦੇ ਰਹਿੰਦੇ ਸਨ ਤੇ ਕਦੇ ਕਦੇ ਗਰੀਬ ਨਵਾਜ ਸਤਿਗੁਰੂ ਜੀ ਦੇ ਪਿਆਰ ਵਾਲੇ ਸਿੱਖਾਂ ਨੇ ਬੜੇ ਜੋ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹੀ ਦੀ ਪਰਖ ਵੀ ਕਰਨੀ, ਪਰ ਕਦੇ ਕਿਸੇ ਸਿੱਖ ਦੇ ਅੱਗੇ ਵੀ ਮਹਾਰਾਜ ਸਾਹਿਬ ਜੀ ਨੇ ਨਿਮਰਤਾ ਦੇ ਐਸੇ ਪੁੰਜ ਹਨ ਕਦੇ ਕੋਈ ਮੋੜਵਾਂ ਜਵਾਬ ਨਹੀਂ ਸੀਗਾ ਦਿੱਤਾ। ਸਤਿਗੁਰੂ ਜੀ ਨੂੰ ਤਾਂ ਬੜੀ ਦੂਰ ਦੀ ਗੱਲ ਹੈ ਕਿ ਮਹਾਰਾਜ ਸਾਹਿਬ ਜੀ ਦੇ ਅੱਗੇ ਹੋ ਕਰਕੇ ਕਦੇ ਕੋਈ ਜਵਾਬ ਦਿੱਤਾ ਹੋਵੇ, ਕਦੇ ਸਿੱਖਾਂ ਨੂੰ ਵੀ ਸਤਿਗੁਰੂ ਜੀ ਨੇ ਜਵਾਬ ਨਹੀਂ ਸੀਗਾ ਦਿੱਤਾ। ਐਸੇ ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਨੂੰ ਸਤ ਸੰਗਤ ਜੀ ਗੁਰਿਆਈ ਦੀ ਦਾਤ ਜਦੋਂ ਬਖਸ਼ਿਸ਼ ਹੋਈ ਹੈ ਨਾ, ਕੋਈ ਵੀ ਮਾਈ ਭਾਈ ਸਿੱਖ ਸੇਵਕ ਸਤਿਗੁਰੂ ਜੀ ਦੇ ਚਰਨਾਂ ਵਿੱਚ ਚੱਲ ਕੇ ਆਇਆ, ਭਾਵੇਂ ਕੋਈ ਜੋਗੀ ਚੱਲ ਕੇ ਆਇਆ, ਮਹਾਰਾਜ ਸਾਹਿਬ ਜੀ ਨੇ ਉਹਨੂੰ ਯੋਗਾ ਅਭਿਆਸ ਕਰਨਾ, ਜੋਗੀ ਸੱਚਾ ਕਿਹੋ ਜਿਹਾ ਹੁੰਦਾ ਹੈ ਉਪਦੇਸ਼ ਦੇ ਕਰਕੇ ਨਿਵਾਜਿਆ ਹੈ। ਜੇ ਕੋਈ ਪੰਡਿਤ ਚੱਲ ਕੇ ਆਏ ਤੇ ਉਹਨੂੰ ਪੰਡਿਤ ਪੁਣਾ ਸਿਖਾਇਆ ਕਿ ਪੰਡਿਤ ਅਸਲ ਕੌਣ ਹੁੰਦਾ ਹੈ। ਜੇ ਕੋਈ ਬ੍ਰਾਹਮਣ ਆਇਆ ਤੇ ਉਸਨੂੰ ਬ੍ਰਾਹਮਣ ਦੀ ਮਰਜ਼ਾਦਾ ਦਰਸਾ ਦਿੱਤੀ ਹੈ ਕਿ ਬ੍ਰਾਹਮਣ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਹ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦਾ ਸਿਧਾਂਤ ਹੈ ਕਿ ਕਦੇ ਵੀ ਕਿਸੇ ਵੀ ਮਜ਼ਹਬ ਦੇ ਨਾਲ ਈਰਖਾ ਨਹੀਂ ਹੈ। ਹਰ ਇੱਕ ਧਰਮ ਦਾ ਸਤਿਕਾਰ ਕਰਨਾ ਮਹਾਰਾਜ ਸਾਹਿਬ ਜੀ ਨੇ ਦਰਸਾਇਆ, ਪਰ ਅਸਲ ਉਹੋ ਹੀ ਸੱਚਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜਿਹੜਾ ਧਰਮ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਬਾਹ ਕਰਦਾ ਹੈ। ਭਾਵੇਂ ਕੋਈ ਹਿੰਦੂ ਹੈ ਚਾਹੇ ਮੁਸਲਮਾਨ, ਭਾਵੇਂ ਕੋਈ ਬ੍ਰਾਹਮਣ ਹੈ ਚਾਹੇ ਪੰਡਿਤ ਹੈ ਖੱਤਰੀ ਹੈ, ਭਾਵੇਂ ਸ਼ੂਦਰ ਕੋਈ ਵੈਸ ਕਿਸੇ ਵਰਨਾਂ ਦੇ ਵਿੱਚੋਂ ਚਾਹੇ ਕਿਸੇ ਵੀ ਮਜ਼ਹਬ ਦੇ ਵਿੱਚੋਂ ਹੈ, ਸਭ ਦਾ ਮਹਾਰਾਜ ਸੱਚੇ ਪਾਤਸ਼ਾਹੀ ਨੂੰ ਸਤਿਕਾਰ ਕਰਨਾ ਸਿਖਾਇਆ ਹੈ। ਪਰ ਸੱਚਾ ਉਸੇ ਨੂੰ ਕਿਹਾ ਗਰੀਬ ਨਵਾਜ ਸਤਿਗੁਰੂ ਜੀ ਨੇ ਜਿਹੜਾ ਧਰਮ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਬਾਹ ਕਰਦਾ ਸੀ। ਤੇ ਸਤ ਸੰਗਤ ਜੀ ਐਸੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਅੰਤਰਜਾਮੀ ਦਇਆ ਦੇ ਕਰ ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਬੇਅੰਤ ਜੀਵਾਂ ਦਾ ਉਧਾਰ ਕੀਤਾ। ਜਿਵੇਂ ਗੁਰੂ ਕਾ ਚੱਕ ਨਗਰ ਵਸਾਇਆ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੀਆਂ ਮਹਾਨ ਜਿਵੇਂ ਖੁਸ਼ੀਆਂ ਨੂੰ ਪ੍ਰਾਪਤ ਕਰਨਾ ਔਰ ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿ ਕਰਕੇ ਜੀਵਨ ਨਿਰਬਾਹ ਕਰਨਾ, ਫਿਰ ਜਦੋਂ ਤੋਂ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋ ਗਈ ਹੈ, ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਦਾ ਚਿੱਤ ਵੀ ਮਨ ਵਿੱਚ ਹੰਕਾਰ ਨਹੀਂ ਸੀਗਾ ਕੀਤਾ। ਭਾਵੇਂ ਗੁਰਤਾ ਗੱਦੀ ਦੀ ਦਾਤ ਵੀ ਪ੍ਰਾਪਤ ਹੋ ਗਈ ਸੀ। ਇਤਿਹਾਸ ਅੰਦਰ ਜ਼ਿਕਰ ਆਉਂਦਾ, ਇੱਕ ਵਾਰ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ ਆਏ ਸਨ। ਹਜ਼ੂਰ ਦੇ ਜਦੋਂ ਸਨਮੁਖ ਹੋਏ ਹੈ ਤੇ ਪਰਖ ਕਰਨ ਦੇ ਵਾਸਤੇ ਵਚਨ ਕੀਤੇ ਸਨ ਕਿ ਦਾੜਾ ਕਾਹਦੇ ਵਾਸਤੇ ਇੰਨਾ ਲੰਬਾ ਵਧਾਇਆ, ਤੇ ਲੰਬਾ ਦਾੜਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ।
ਇੱਕ ਹੱਥ ਦੇ ਵਿੱਚ ਫੜ ਕੇ ਤੇ ਦੂਜੇ ਹੱਥ ਦੇ ਨਾਲ ਬਾਬਾ ਜੀ ਦੇ ਚਰਨ ਫੜ ਕੇ ਸਾਫ਼ ਕਰਨ ਲੱਗ ਪਏ ਤੇ ਕਹਿਣ ਲੱਗੇ, ਤੁਹਾਡੇ ਵਰਗੇ ਸੱਤ ਪੁਰਸ਼ਾਂ ਦੇ ਨਾਮ ਜਪਣ ਵਾਲਿਆਂ ਦੇ ਚਰਨਾਂ ਨੂੰ ਸਾਫ਼ ਕਰਨ ਵਾਸਤੇ ਦਾੜਾ ਵੱਡਾ ਵਧਾਇਆ ਹੈ ਤੇ ਨੇਤਰਾਂ ਵਿੱਚ ਵੈਰਾਗ ਭਰ ਆਇਆ ਬਾਬਾ ਜੀ ਦੇ। ਕਹਿਣ ਲੱਗੇ, ਮਹਾਰਾਜ ਇਸੇ ਨਿਮਰਤਾ ਨੇ ਹੀ ਸਾਡਾ ਘਰ ਲੁੱਟਿਆ, ਭਾਵ ਕਿ ਅਸੀਂ ਗੁਰਤਾ ਗੱਦੀ ਤੋਂ ਵਾਂਝੇ ਰਹਿ ਗਏ। ਸਤਿਗੁਰੂ ਜੀ ਨੂੰ ਕੇਵਲ ਪਿਤਾ ਤੱਕ ਹੀ ਸੀਮਤ ਸਮਝਿਆ ਕਿ ਸਾਡੇ ਪਿਤਾ ਹਨ, ਅਕਾਲ ਪੁਰਖ ਪਰਮੇਸ਼ਵਰ ਜੀ ਦਾ ਸਰੂਪ ਨਾ ਸਮਝਣ ਕਰਕੇ ਹੀ ਸਾਡਾ ਘਰ ਲੁੱਟਿਆ ਗਿਆ। ਤੁਹਾਡੇ ਵਰਗੇ ਨਿਮਰਤਾ ਵਾਲਿਆਂ ਨੇ, ਹਿਰਦੇ ਦੀ ਗਰੀਬੀ ਵਾਲਿਆਂ ਨੇ ਸਾਡਾ ਘਰ ਲੁੱਟਿਆ ਹੈ। ਫਿਰ ਨਾਲ ਕਹਿੰਦੇ, ਸਾਡੇ ਕੋਲ ਵੀ ਜਿੰਨੀਆਂ ਬਰਕਤਾਂ ਬਖਸ਼ਿਸ਼ਾਂ ਨੇ ਤੁਹਾਨੂੰ ਹੀ ਅਸੀਂ ਸੌਂਪ ਦਿੰਦੇ ਹਾਂ। ਐਸੇ ਗਰੀਬਨਵਾਜ ਸਤਿਗੁਰੂ ਜੀ ਹਨ ਜਿਨ੍ਹਾਂ ਦੀ ਮਹਿਮਾ ਕਹਿਣੀ ਕਥਨੀ ਤੋਂ ਬਾਹਰ ਹੈ। ਸਤ ਸੰਗਤ ਜੀ, ਭੱਟ ਦਸਨਾ ਦੁਆਰਾ ਹਜ਼ੂਰ ਨੇ ਉਚਾਰਨ ਕੀਤਾ, ਕਹਿੰਦੇ ਹਨ, ਕਾਟੇ ਸੋ ਪਾਪ ਤਿੰਨ ਨਰ ਹੋ ਕੇ ਗੁਰ ਰਾਮਦਾਸ ਜਿਨ ਧਿਆਇਓ, ਛਤਰ ਸਿੰਘਾਸਨ ਪਿਰਥਮੀ ਗੁਰ ਅਰਜਨ ਕਉ ਦੇ ਆਇਓ। ਜੋ ਗੁਰਤਾ ਗੱਦੀ ਦਾ ਤਖ਼ਤ ਸੀ ਨਾ, ਰਹਿੰਦੀ ਦੁਨੀਆਂ ਤੱਕ ਸੰਸਾਰ ਦੇ ਅੰਦਰ ਝੁੱਲਣ ਵਾਲਾ ਛਤਰ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਇਹ ਸੌਂਪ ਕਰਕੇ, ਜੋ ਸੰਮਤ 1638 ਬਿਕਰਮੀ ਭਾਦਰੋਂ ਸੋਧੀ ਤੀਜ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣਾ ਕੀਤਾ, ਅੱਜ ਸਤਿਗੁਰੂ ਜੀ ਦਾ ਸੱਚਖੰਡ ਜੋ ਗਮਨ ਦਿਵਸ ਹੈ। ਸਤ ਸੰਗਤ ਜੀ, ਆਓ ਹੁਣ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜੀਏ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਆਸਾ ਕੀ ਵਾਰ ਪਾਵਨ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ। ਆਓ ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਪਿਆਰ ਦੇ ਨਾਲ ਰਸਨਾ ਤੋਂ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਪਾਕ ਪਟਨ ਸ਼ਹਿਰ ਦੇ ਅੰਦਰ ਸ਼ੇਖ ਬ੍ਰਹਮ ਫਰੀਦ ਦੇ ਨਾਲ ਜੇ ਵੀ ਸੰਵਾਦ ਹੋ ਰਿਹਾ ਹੈ, ਜਿਵੇਂ ਸਤਿਗੁਰੂ ਜੀ ਦੇ ਨਾਲ ਉਸਨੇ ਚਰਚਾ ਕੀਤੀ ਹੈ, ਭਗਤ ਫਰੀਦ ਸਾਹਿਬ ਜੀ ਦਾ ਦੋ ਪੁੱਤਰ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਮਹਾਰਾਜ ਜੋ ਇਸਲਾਮ ਮਤ ਦੇ ਅਨੁਸਾਰ ਜਿਹੜੇ ਮੁਸਲਮਾਨ ਹਨ ਉਹ ਹਿੰਦੂਆਂ ਦੇ ਨਾਲੋਂ ਵੱਡੇ ਗਿਣੇ ਜਾਂਦੇ ਆ। ਇਹ ਜਿਹੜਾ ਹਿੰਦੂ ਮਤ ਹੈ ਇਹਨਾਂ ਦੇ ਨਾਲ ਉੱਚਾ ਤੇ ਪਰਮ ਵੱਡਾ ਧਰਮ ਗਿਣਿਆ ਜਾਂਦਾ, ਕਿਉਂਕਿ ਸੰਸਾਰ ਦੇ ਅੰਦਰ ਜਿੰਨੇ ਵੀ ਧਰਮ ਹੈ ਨਾ, ਹਰ ਇੱਕ ਧਰਮ ਦਾਅਵਾ ਕਰਦਾ ਕਿ ਮੈਂ ਸਭ ਤੋਂ ਵੱਡਾ ਹਾਂ। ਹਰ ਇੱਕ ਧਰਮ ਦੇ ਲੋਕ ਆਪਣੇ ਆਪ ਨੂੰ ਵਡਿਆ ਕਰਕੇ ਜਗਤ ਦੇ ਅੰਦਰ ਯਤਨ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਉਚਾਰਨ ਕੀਤਾ, ਕਹਿੰਦੇ ਹਨ ਕਿ ਠੀਕ, ਹਰ ਇੱਕ ਧਰਮ ਭਾਵੇਂ ਸਤਿਕਾਰ ਯੋਗ ਹੈ,
ਪਰ ਅਸਲ ਉਹੀ ਮਨੁੱਖ ਧਰਮੀ ਗਿਣੀਦਾ ਹੈ ਜਿਹੜਾ ਧਰਮ ਦੀ ਮਰਯਾਦਾ ਵਿੱਚ ਰਹਿ ਕੇ ਜੀਵਨ ਨਿਰਬਾਹ ਕਰਦਾ ਹੈ। ਅਸਲ ਉਸੇ ਨੂੰ ਧਰਮੀ ਗਿਣਿਆ ਜਾ ਸਕਦਾ ਹੈ ਤੇ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਰਾਹੀਂ ਜੋ ਬਖਸ਼ਿਸ਼ ਕੀਤੀ ਹੈ। ਹਜ਼ੂਰ ਫਰਮਾਉਂਦੇ ਹਨ ਕਿ ਜਿਹੜੇ ਜੋਗੀ ਹੈ ਉਹ ਕਿਵੇਂ ਦਾ ਆਪਣਾ ਜੀਵਨ ਨਿਰਬਾਹ ਕਰਦੇ ਹੈ, ਹਿੰਦੂ ਮਤ ਵਾਲੇ ਲੋਕ ਕਿਵੇਂ ਇਸ ਸੰਸਾਰ ਦੇ ਅੰਦਰ ਜੀਵਨ ਬਤੀਤ ਕਰਦੇ ਹਨ, ਔਰ ਇਸਲਾਮ ਨੂੰ ਮੰਨਣ ਵਾਲੇ ਜੇ ਕਿਸ ਢੰਗ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਮੁਸਲਮਾਨਾ ਸਿਫਤ ਸਰੀਅਤ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜੀ ਸ਼ਰਅ ਦੀ ਸਿਫਤਾਂ ਹਨ, ਹਰ ਸਮੇਂ ਮੁਸਲਮਾਨ ਇਸਲਾਮ ਨੂੰ ਮੰਨਣ ਵਾਲੇ ਇਹ ਸ਼ਰਅ ਦੀਆਂ ਸਿਫਤਾਂ ਕਰਦੇ ਰਹਿੰਦੇ ਹਨ, ਪਰ ਤਰੀਕਤ ਮਾਰਫਤ ਇਹ ਵੀ ਤਾਂ ਆਖਰਕਾਰ ਇਹਨਾਂ ਦੇ ਗ੍ਰੰਥਾਂ ਵਿੱਚ ਹੀ ਵਚਨ ਲਿਖੇ ਹੋਏ ਹੈ ਨਾ। ਗਿਆਨ ਦੀ ਪ੍ਰਾਪਤੀ ਕਰਨੀ, ਧਰਮ ਨੂੰ ਇੱਕ ਸਥਿਤ ਕਰਕੇ ਰੱਖਣਾ, ਧਰਮ ਦੀ ਮਰਯਾਦਾ ਦੇ ਵਿੱਚ ਰਹਿਣਾ, ਤੇ ਫਿਰ ਅਨੁਭਵੀ ਗਿਆਨ ਹਿਰਦੇ ਦੇ ਅੰਦਰ ਪ੍ਰਾਪਤ ਕਰਨਾ, ਪਰ ਏਦਾਂ ਦਾ ਤਾਂ ਕੋਈ ਇਹ ਵਚਨ ਸੰਸਾਰ ਦੇ ਅੰਦਰ ਕਰਦੇ ਨਹੀਂ ਹਨ। ਮੁਸਲਮਾਨਾਂ ਸਿਫਤ ਸਰੀਅਤ ਕੇਵਲ ਕਹਿੰਦੇ ਕਿ ਇਹ ਸ਼ਰਅ ਦੀਆਂ ਹਰ ਸਮੇਂ ਸਿਫਤਾਂ ਕਰਦੇ ਰਹਿੰਦੇ ਹਨ ਕਿ ਸੁਨਤ ਕਰਨੀ ਇਹ ਇਸਲਾਮ ਦਾ ਧਰਮ ਹੈ। ਫਿਰ ਸਾਧ ਸੰਗਤ ਜੀ, ਜਿਹੜਾ ਇਸਤਰੀ ਹੈ, ਜੋ ਬੀਬੀਆਂ ਹਨ, ਉਹਨਾਂ ਦਾ ਹਰ ਸਮੇਂ ਮੁੱਖ ਕੱਦ ਕਰਕੇ ਰੱਖਣਾ, ਉਹਨਾਂ ਨਮਾਜ਼ ਪੜ੍ਹਨ ਦੇ ਵਾਸਤੇ ਨਾਲ ਨਹੀਂ ਲੈ ਕਰਕੇ ਜਾਣਾ ਕਰਦੇ, ਮਸਜਿਦ ਦੇ ਵਿੱਚ ਨਾਲ ਨਹੀਂ ਲੈ ਕਰਕੇ ਜਾਣ ਦੇ ਉਹਨਾਂ ਦੀ ਮਰਯਾਦਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਸ਼ਰਅ ਦੀਆਂ ਆਪ ਸਿਫਤਾਂ ਕਰਦੇ ਰਹਿੰਦੇ ਹੋ, ਇਹ ਕਿੰਨਾ ਸੰਸਾਰ ਦੇ ਅੰਦਰ ਸ਼ਰਅ ਦਾ ਹੀ ਤੁਸੀਂ ਬੋਲ ਬਾਲਾ ਕਰਦੇ ਹੋ। ਪੜ ਪੜ ਕਰਹੇ ਵਿਚਾਰ, ਤੇ ਫਿਰ ਜੋ ਮੁਹੰਮਦ ਸਾਹਿਬ ਦੇ ਜਿਹੜੇ ਵਚਨ ਹਨ ਉਹਨਾਂ ਨੂੰ ਪੜ ਪੜ ਕਰਕੇ ਉਹਨਾਂ ਦੀਆਂ ਵਿਚਾਰਾਂ ਕਰਦੇ ਹੋ, ਕਿੰਨੇ ਕਿੰਨੇ ਉਹਨਾਂ ਦੇ ਅੰਦਰ ਦੇ ਕਰਮ ਕਾਂਡ ਕਰ ਕਰਕੇ ਦੱਸਦੇ ਹੋ ਕਿ ਇਵੇਂ ਕਰਮ ਕਾਂਡ ਕਰਨਾ ਚਾਹੀਦਾ ਹੈ, ਇਵੇਂ ਸੰਸਾਰ ਦੇ ਅੰਦਰ ਕਰਮ ਕਾਂਡ ਕਰਨਾ ਚਾਹੀਦਾ ਹੈ। ਆਪ ਤਾਂ ਜੀਵਨ ਵਿੱਚ ਕਦੇ ਤੁਸੀਂ ਧਾਰਨ ਨਹੀਂ ਕਰਿਆ, ਆਪ ਤਾਂ ਨਹੀਂ ਨਾ ਕਦੇ ਵੀ ਜ਼ਿੰਦਗੀ ਵਿੱਚ ਧਾਰਨ ਕੀਤਾ, ਇਉਂ ਪੜ੍ਹ ਕਰਕੇ ਸੰਸਾਰ ਦੇ ਅੰਦਰ ਹੀ ਵਿਚਾਰਾਂ ਸੁਣਾਉਂਦੇ ਹੋ ਤੇ ਫਿਰ ਸ਼ਰਨ ਦੀਆਂ ਹਰ ਸਮੇਂ ਸਿਫਤਾਂ ਗਾਉਣਾ ਕਰਦੇ ਹੋ। ਬੰਦੇ ਸੇਜੇ ਪਵਹਿ ਵਿੱਚ ਬੰਦੀ, ਤੇ ਸਤਿਗੁਰੂ ਜੀ ਨੂੰ ਫਿਰ ਬੇਨਤੀ ਕੀਤੀ ਹੈ, ਹੇ ਮਹਾਰਾਜ ਜੀ, ਸੱਚਾ ਮੁਸਲਮਾਨ ਕਿਸ ਨੂੰ ਕਹਿਣਾ ਚਾਹੀਦਾ? ਤੇ ਹਜ਼ੂਰ ਕਹਿੰਦੇ ਹਨ, ਬੰਦੇ ਸੇਜੇ ਪਵਹਿ ਵਿੱਚ ਬੰਦੀ, ਅਸਲ ਉਹ ਸੱਚਾ ਬੰਦਾ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਕਿਸੇ ਵੀ ਮਜ਼ਹਬ ਨੂੰ ਧਾਰਨ ਕਰਨ ਵਾਲਾ ਹੈ। ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਨਾ, ਉਹ ਅਸਲ ਦੇ ਵਿੱਚ ਬੰਦਾ ਹੈ, ਨਹੀਂ ਤਾਂ ਫਿਰ ਗੱਗੇ ਅੱਖਰ ਦੇ ਨਾਲ ਹੀ ਉਹ ਜਾਣਿਆ ਜਾਂਦਾ, ਉਹਨੂੰ ਤਾਂ ਸੰਸਾਰ ਦੇ ਅੰਦਰ ਗੰਦਗੀ ਕਰਕੇ ਜਾਣਦੇ ਹੈ ਨਾ, ਜਿਹੜਾ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ। ਵਾਹਿਗੁਰੂ ਦੀ ਬੰਦਗੀ ਤੋਂ ਹੀਣਾ ਹੈ, ਖੁਦਾ ਦੀ ਇਬਾਦਤ ਨਹੀਂ ਕਰਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਉਹਨੂੰ ਅਸਲ ਬੰਦਾ ਨਹੀਂ ਕਿਹਾ ਜਾ ਸਕਦਾ। ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਪਰਮਾਤਮਾ ਦੀ ਬੰਦਗੀ ਦੇ ਵਿੱਚ ਪੈ ਗਏ ਹਨ। ਬੰਦਗੀ ਦਾ ਰਸਤਾ ਜਿਨ੍ਹਾਂ ਨੇ ਧਾਰਨ ਕਰ ਲਿਆ ਹੈ, ਜਿਨ੍ਹਾਂ ਨੇ ਪਰਮਾਰਸ ਦੇ ਰਸਤੇ ਤੇ ਆਪਣੀ ਚਿਤ ਬਿਰਤੀ ਨੂੰ ਤੋਰ ਲਿਆ ਹੈ, ਚਿਤ ਕਰਕੇ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲ ਪਏ ਹਨ,
ਮਹਾਰਾਜ ਕਹਿੰਦੇ ਉਹੋ ਹੀ ਅਸਲ ਦੇ ਵਿੱਚ ਬੰਦੇ ਕਹੀਦੇ ਹਨ, ਉਹ ਭਾਵੇਂ ਹਿੰਦੂ ਭਾਵੇਂ ਮੁਸਲਮਾਨ ਹੈ, ਉਸੇ ਨੂੰ ਸੱਚਾ ਕਹੀਦਾ ਹੈ। ਵੇਖਣ ਕਉ ਦੀਦਾਰ, ਤੇ ਜਿਸ ਦੇ ਮਨ ਦੇ ਅੰਦਰ ਪਰਮਾਤਮਾ ਦੇ ਸਰੂਪ ਨੂੰ ਦੇਖਣ ਦੀ, ਦੀਦਾਰ ਕਰਨ ਦੀ, ਦਰਸ਼ਨਾਂ ਦੀ ਮਨ ਦੇ ਅੰਦਰ ਤਾਂਘ ਪੈਦਾ ਹੋ ਰਹੀ ਹੈ, ਹਜ਼ੂਰ ਕਹਿੰਦੇ ਹਨ ਉਹ ਅਸਲ ਦੇ ਵਿੱਚ ਸੱਚਾ ਬੰਦਾ ਹੈ। ਤੇ ਸਤ ਸੰਗਤ ਜੀ, ਐਸੀ ਦਾਤ ਅਕਾਲ ਪੁਰਖ ਪਰਮੇਸ਼ਰ ਦੀ ਮਿਹਰ ਦੇ ਨਾਲ ਹੀ ਜੀਵਨ ਦੇ ਵਿੱਚ ਪ੍ਰਾਪਤ ਹੁੰਦੀ ਹੈ, ਨਹੀਂ ਤਾਂ ਮਨੁੱਖ ਸਰੀਰਾਂ ਦੇ ਮੋਹ ਦੇ ਵਿੱਚ ਹਰ ਸਮੇਂ ਬੱਝਾ ਰਹਿੰਦਾ ਹੈ, ਪਦਾਰਥਾਂ ਦੀ ਮਮਤਾ ਦੇ ਵਿੱਚ ਹਰ ਸਮੇਂ ਆਪਣੇ ਆਪ ਨੂੰ ਬੰਨ੍ਹ ਕੇ ਰੱਖਦਾ ਹੈ, ਕਦੇ ਇਸ ਸੰਸਾਰ ਦੇ ਜੰਜਾਲ ਤੋਂ ਉਪਰਾਮ ਹੋ ਹੀ ਨਹੀਂ ਸਕਦਾ ਜਦੋਂ ਸਤਿਗੁਰੂ ਜੀ ਦੀ ਜਦੋਂ ਤੱਕ ਕਿਰਪਾ ਨਹੀਂ ਪ੍ਰਾਪਤ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁੱਖ ਵਾਕ ਹੈ, ਬੰਦੀ ਅੰਦਰ ਸਿਫਤ ਕਰਾਏ ਤਾ ਕਉ ਕਹੀਐ ਬੰਦਾ। ਪਰਮਾਤਮਾ ਇਹ ਮਾਇਆ ਨੂੰ ਬੰਦੀ ਦੇ ਵਿੱਚ ਰੱਖ ਕਰਕੇ, ਸੰਸਾਰ ਦੇ ਜੰਜਾਲਾਂ ਵਿੱਚ ਰੱਖ ਕੇ ਜਿਹਦੇ ਤੋਂ ਆਪਣੀ ਸਿਫਤ ਕਰਾ ਲਏ ਉਹਨੂੰ ਮਹਾਰਾਜ ਕਹਿੰਦੇ ਬੰਦਾ ਕਹੀਦਾ ਹੈ। ਉਹ ਅਸਲ ਦੇ ਵਿੱਚ ਬੰਦਾ ਅਖਵਾਉਣ ਦੇ ਯੋਗ ਹੈ ਜਿਹੜਾ ਸੰਸਾਰ ਦੀ ਮੋਹ ਮਮਤਾ ਵਿੱਚ ਰਹਿ ਕੇ ਵੀ ਕਦੇ ਪਰਮੇਸ਼ੁਰ ਨੂੰ ਭੁਲਾਉਂਦਾ ਨਹੀਂ ਹੈ, ਜੀਵਨ ਪਰਯੰਤ ਪਰਮਾਤਮਾ ਦਾ ਸਵਾਸ ਸਵਾਸ ਸਿਮਰਨ ਕਰਦਾ ਰਹਿੰਦਾ ਹੈ, ਕਮਲ ਦੀ ਤਰ੍ਹਾਂ ਨਿਰਲੇਪ ਜੀਵਨ ਨਿਰਵਾਹ ਕਰਦਾ ਹੈ। ਜਿੰਨੇ ਮਰਜ਼ੀ ਸੰਸਾਰ ਦੇ ਅੰਦਰ ਪਦਾਰਥਾਂ ਰੂਪੀ ਸੁੱਖ ਪ੍ਰਾਪਤ ਹੋ ਜਾਣ, ਇਹ ਸੁੱਖਾਂ ਰੂਪੀ ਪਾਣੀ ਜਿੰਨਾ ਮਰਜ਼ੀ ਜੀਵਨ ਦੇ ਵਿੱਚ ਆ ਜਾਂਦਾ, ਪਰ ਪਰਮੇਸ਼ੁਰ ਨੂੰ ਕਦਾ ਚਿੱਤ ਵੀ ਵਿਸਾਰਦਾ ਨਹੀਂ ਹੈ। ਮਹਾਰਾਜ ਕਹਿੰਦੇ ਆਪਣੇ ਚਿੱਤ ਬਿਰਤੀ ਨੂੰ ਕਦੇ ਵੀ ਸੰਸਾਰ ਦੇ ਅੰਦਰ ਭਿੱਜਣ ਨਹੀਂ ਦਿੰਦਾ, ਨਿਰਲੇਪ ਜੀਵਨ ਨਿਰਵਾਹ ਕਰਦਾ ਉਹਨੂੰ ਅਸਲ ਦੇ ਵਿੱਚ ਬੰਦਾ ਕਹੀਦਾ ਹੈ। ਤੇ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਹਜ਼ੂਰ ਨੇ ਉਚਾਰਨ ਕੀਤਾ, ਵੇਖਣ ਕਉ ਦੀਦਾਰ, ਹੇ ਜੀਵ ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ੁਰ ਦੇ ਦੀਦਾਰ ਕਰਨ ਦੀ ਮਨ ਦੇ ਅੰਦਰ ਤੰਗ ਹੈ, ਉਤਸ਼ਾਹ ਹੈ, ਉਹਨੂੰ ਅਸਲ ਦੇ ਵਿੱਚ ਬੰਦਾ ਕਹੀਦਾ ਹੈ। ਔਰ ਇਸੇ ਪ੍ਰਕਾਰ ਅੰਤਰੀ ਭਾਵ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਮੁਸਲਮਾਨਾਂ ਸਿਫਤ ਸਰੀਅਤ, ਕਹਿੰਦੇ ਹਨ ਕਿ ਇਹ ਜਿਹੜਾ ਸੰਸਾਰ ਦੇ ਅੰਦਰ ਪਰਮੇਸ਼ੁਰ ਨੇ ਪੰਜ ਤੱਤਾਂ ਦਾ ਸਰੀਰ ਦਿੱਤਾ ਹੈ, ਇਹ ਜਾਣੋ ਕਿ ਮੁਸਲ ਭਾਵ ਪੰਜ ਤੱਤਾਂ ਰੂਪੀ ਮੂਸਲ ਬਣਿਆ ਹੋਇਆ, ਜਿਵੇਂ ਮੂਸਲ ਬਣਿਆ ਹੁੰਦਾ ਨਾ, ਤੂੜੀ ਦੇ ਮੂਸਲ ਬਣਾਏ ਜਾਂਦੇ ਆ, ਬੰਨੇ ਜਾਂਦੇ ਆ ਨਾ, ਉਹਦੇ ਵਿੱਚ ਤੂੜੀ ਨੂੰ ਬੰਨਿਆ ਜਾਂਦਾ ਤੇ ਉਹਦਾ ਮਾਣ ਕਿੰਨਾ ਕੁ ਚਿਰ ਕੀਤਾ ਜਾ ਸਕਦਾ, ਬਹੁਤਾ ਚਿਰ ਤਾਂ ਨਹੀਂ ਨਾ ਟਿਕਦਾ, ਥੋੜੇ ਸਮੇਂ ਬਾਅਦ ਹੀ ਉਗਲਣਾ ਸ਼ੁਰੂ ਹੋ ਜਾਂਦਾ ਜਦੋਂ ਬਰਸਾਤਾਂ ਪੈਣ ਲੱਗ ਪੈਂਦੀਆਂ। ਇਸੇ ਤਰ੍ਹਾਂ ਸਤਿ ਸੰਗਤ ਜੀ, ਜਦੋਂ ਕਾਲ ਦੀ ਬਰਸਾਤ ਆਉਂਦੀ ਹੈ ਨਾ, ਸਰੀਰ ਰੂਪੀ ਮੂਸਲ ਵੀ ਢਹਿਣਾ ਸ਼ੁਰੂ ਹੋ ਜਾਂਦਾ, ਉਮਰ ਦੇ ਲਿਹਾਜ਼ ਨਾਲ ਇੰਦਰੀਆਂ ਦਾ ਬਲ ਵੀ ਘਟਣਾ ਸ਼ੁਰੂ ਹੋ ਜਾਂਦਾ, ਜਿਵੇਂ ਜਿਵੇਂ ਸਵਾਸ ਬੀਰਦੇ ਜਾਂਦੇ ਹਨ, ਲੰਘਦੇ ਜਾਂਦੇ ਹਨ, ਸਰੀਰ ਰੂਪੀ ਮੂਸਲ ਵੀ ਢਹਿਣਾ ਸ਼ੁਰੂ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਮੁਸਲਮਾਨ ਇਹ ਸਰੀਰ ਰੂਪੀ ਮੂਸਲ ਦਾ ਕਾਹਦਾ ਮਾਣ ਕਰਨਾ ਹੈ, ਕਾਹਦਾ ਹੰਕਾਰ ਕਰਨਾ ਹੈ, ਕਿਹਦਾ ਸਦਾ ਰਹਿਣ ਵਾਲਾ, ਇਹ ਸਦੀਵੀ ਕਾਲ ਵਾਸਤੇ ਬਰਕਰਾਰ ਰਹਿਣ ਵਾਲਾ ਨਹੀਂ, ਤੇ ਫਿਰ ਇਹਦਾ ਕਾਹਦਾ ਮਾਣ ਕਰੀ ਜਾਂਦਾ ਹੈ। ਔਰ ਹਜ਼ੂਰ ਕਹਿੰਦੇ ਹਨ ਹੇ ਜੀਵ, ਜੇ ਅਕਾਲ ਪੁਰਖ ਪਰਮਾਤਮਾ ਦੀ ਸਿਫਤਾਂ ਕਰੇ ਨਾ, ਵਾਹਿਗੁਰੂ ਦੀ ਬੰਦਗੀ ਕਰਨਾ ਕਰੇ, ਤਾਂ ਫਿਰ ਸੰਸਾਰ ਦੇ ਵਿੱਚ ਆਇਆ ਹੋਇਆ ਤੇਰਾ ਸਫਲਾ ਹੋ ਸਕਦਾ ਹੈ। ਉਸੇ ਨੂੰ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਬੰਦਾ ਕਹੀਦਾ ਜੋ ਵਾਹਿਗੁਰੂ ਦੀ ਬੰਦਗੀ ਕਰਦਾ ਹੈ, ਜਿਸ ਦੇ ਮਨ ਵਿੱਚ ਪਰਮੇਸ਼ੁਰ ਦੀ ਪ੍ਰਾਪਤੀ ਦਾ ਉਤਸ਼ਾਹ ਹੈ, ਵਾਹਿਗੁਰੂ ਦੇ ਦੀਦਾਰ ਕਰਨੇ ਦਾ ਮਨ ਦੇ ਵਿੱਚ ਚਾਉ ਪੈਦਾ ਹੋ ਗਿਆ ਹੈ। ਹਿੰਦੂ
ਸਲਾਹੀ ਸਲਾਹਨ। ਫਿਰ ਸੰਸਾਰ ਦੇ ਅੰਦਰ ਜਿਹੜੇ ਹਿੰਦੂ ਮਤ ਨੂੰ ਮੰਨਣ ਵਾਲੇ ਹਿੰਦੂ ਹਨ, ਉਹ ਆਪਣੀਆਂ ਸੰਸਾਰ ਦੇ ਅੰਦਰ ਜੋ ਹਿੰਦੂ ਮਤ ਦੇ ਗ੍ਰੰਥ ਹਨ ਉਹਨਾਂ ਦੀ ਹਰ ਸਮੇਂ ਸਲਾਹੁਣਾ ਕਰਦੇ ਹਨ। ਹਿੰਦੂ ਸਲਾਹੀ ਸਲਾਹਨ, ਉਹ ਆਪਣੀਆਂ ਜੋ ਧਾਰਮਿਕ ਗ੍ਰੰਥ ਹਨ ਉਹਨਾਂ ਦੁਆਰਾ ਹੀ ਸੰਸਾਰ ਦੇ ਅੰਦਰ ਬਹੁਤ ਹੀ ਸਲਾਹੁਣਾ ਕਰਦੇ ਹਨ। ਦਰਸ਼ਨ ਰੂਪ ਅਪਾਰ, ਤੇ ਫਿਰ ਅਪਾਰ ਬਹੁਤ ਸਾਰੇ। ਕੋਈ ਸਾਧ ਸੰਗਤ ਜੀ ਕਿਸੇ ਦੀ ਚਿੱਤਰਕਾਰੀ ਬਣਾ ਲੈਂਦਾ, ਕਿਸੇ ਦੀ ਬੁੱਤ ਬਣਾ ਕਰਕੇ ਪੂਜਾ ਕਰਦਾ ਹੈ, ਕੋਈ ਸ਼੍ਰੀ ਰਾਮ ਚੰਦਰ ਜੀ ਦੀ, ਕੋਈ ਗਣੇਸ਼ ਜੀ ਦੀ, ਔਰ ਇਸ ਪ੍ਰਕਾਰ ਕੋਈ ਸ਼ਿਵ ਜੀ ਦੀ, ਕੋਈ ਵਿਸ਼ਨੂੰ ਦੀ, ਕੋਈ ਕ੍ਰਿਸ਼ਨ ਜੀ ਦੀਆਂ ਮੂਰਤੀਆਂ ਬਣਾ ਬਣਾ ਕਰਕੇ ਉਹਨਾਂ ਦੇ ਆਕਾਰ, ਉਹਨਾਂ ਦੇ ਰੂਪਾਂ ਨੂੰ ਹਰ ਸਮੇਂ ਤੱਕ ਰਹਿੰਦਾ ਕਿ ਉਹ ਹੀ ਸਾਡਾ ਭਗਵਾਨ ਹੈ। ਉਹ ਮੰਦਰ ਤੋਂ ਬਾਹਰ ਪਰਮੇਸ਼ਰ ਨੂੰ ਜਾਣਦੇ ਨਹੀਂ ਹਨ ਕਿ ਮੰਦਰ ਦੇ ਵਿੱਚ ਹੀ ਕੇਵਲ ਪਰਮਾਤਮਾ ਹੈ। ਤੇ ਸਾਧ ਸੰਗਤ ਜੀ, ਗਰੀਬ ਨਿਵਾਜ, ਹਜ਼ੂਰ ਦਾ ਜੋ ਗੁਰਮਤਿ ਦਾ ਸਿਧਾਂਤ ਹੈ ਨਾ, ਸੰਸਾਰ ਦੇ ਨਾਲੋਂ ਵੱਖਰਾ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇੱਕ ਵਾਰ ਨਹੀਂ ਬੇਅੰਤ ਵਾਰ ਅਜਿਹੇ ਬਚਨ ਉਚਾਰਨ ਕੀਤੇ ਹਨ ਕਿ ਪਰਮਾਤਮਾ ਸਰਵ ਵਿਆਪਕ ਹੈ, ਕਿਉਂਕਿ ਕਿਸੇ ਨੇ ਪੱਛਮ ਦੀ ਦਿਸ਼ਾ ਵਿੱਚ ਮੰਨਿਆ ਕਿ ਪਰਮਾਤਮਾ ਕੇਵਲ ਪੱਛਮ ਦੀ ਦਿਸ਼ਾ ਵੱਲ ਹੈ, ਕਿਸੇ ਨੇ ਪੂਰਬ ਦੀ ਦਿਸ਼ਾ ਵੱਲ ਮੰਨਿਆ ਕਿ ਕੇਵਲ ਪਰਮਾਤਮਾ ਪੂਰਬ ਦੀ ਦਿਸ਼ਾ ਵੱਲ ਹੈ, ਪਰ ਪੱਛਮ ਅੱਲਹ ਮੁਕਾਮਾ, ਇਹ ਮੁਕਾਮ ਮੰਨ ਲਿਆ ਕਿ ਕੇਵਲ ਪੱਛਮ ਦੀ ਦਿਸ਼ਾ ਵੱਲ ਹੀ ਹੈ, ਪਰ ਹਜ਼ੂਰ ਕਹਿੰਦੇ ਹੋ ਪਰਮਾਤਮਾ ਤਾਂ ਸਰਬ ਵਿਆਪਕ ਹੈ, ਜਹ ਜਹ ਪੇਖੋ ਤਹ ਹਜ਼ੂਰ ਦੂਰ ਕਤ ਹੋ ਨਾ ਜਾਈ। ਵਾਹਿਗੁਰੂ ਨੂੰ ਕਦੇ ਵੀ ਦੂਰ ਨਹੀਂ ਸਮਝਣਾ ਚਾਹੀਦਾ, ਸਭ ਦਿਸ਼ਾਵਾਂ ਤੇ ਹੈ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਭ ਥਾਵਾਂ ਤੇ ਪਰਮੇਸ਼ਰ ਦਾ ਹੀ ਬਲ ਵਰਤ ਰਿਹਾ ਹੈ। ਉਸ ਪਰਮਾਤਮਾ ਤੋਂ ਬਿਨਾਂ ਕੋਈ ਦੂਜੀ ਸ਼ਕਤੀ ਨਹੀਂ ਹੈ ਜਿਹੜੀ ਸੰਸਾਰ ਦੇ ਅੰਦਰ ਜੀਵਾਂ ਨੂੰ ਚਲਾ ਰਹੀ ਹੈ, ਪਰਵਰਿਸ਼ ਕਰ ਰਹੀ ਹੈ। ਪਰਮਾਤਮਾ ਤੋਂ ਬਿਨਾਂ ਕੋਈ ਵੀ ਦੂਜਾ ਜਗਤ ਅੰਦਰ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਹਿੰਦੂ ਸਲਾਹੀ ਸਲਾਹਨ, ਦਰਸ਼ਨ ਰੂਪ ਅਪਾਰ। ਦਰਸ਼ਨ ਕਿੱਦਾਂ ਕਰਦੇ ਹੈ? ਉਹ ਅਪਾਰ ਬਹੁਤ ਸਾਰੀ ਪ੍ਰਕਿਰਤੀ ਦੀਆਂ ਮੂਰਤੀਆਂ ਬਣਾ ਬਣਾ ਕਰਕੇ ਕਰ ਰਹੇ ਹਨ। ਤੀਰਥ ਨਾਵ ਹੈ ਅਰਚਾ ਪੂਜਾ, ਤੇ ਫਿਰ ਤੀਰਥਾਂ ਤੇ ਇਸ਼ਨਾਨ ਕਰਨਾ ਹੀ ਕੇਵਲ ਜੀਵਨ ਦੀ ਸਫਲਤਾ ਮੰਨਦੇ ਹਨ। 68 ਤੀਰਥ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਪ੍ਰਮੁੱਖ ਮੰਨੇ ਹੈ, ਹੋਵੇ ਤਾਂ ਬੇਅੰਤ ਸੰਸਾਰ ਦੇ ਅੰਦਰ ਤੀਰਥ ਹਨ, ਪਰ ਕੇਵਲ 68 ਤੀਰਥ ਜਿਹੜੇ ਪ੍ਰਮੁੱਖ ਮੰਨੇ ਹਨ। ਤੇ ਮਹਾਰਾਜ ਕਹਿੰਦੇ ਇਹਨਾਂ ਤੀਰਥਾਂ ਤੇ ਇਸ਼ਨਾਨ ਕਰਨਾ ਹੀ ਕੇਵਲ ਜੀਵਨ ਦੀ ਸਫਲਤਾ ਨਹੀਂ ਹੋ ਸਕਦੀ। ਜਦੋਂ ਤੱਕ ਪਰਮੇਸ਼ਰ ਦਾ ਭਜਨ ਨਹੀਂ ਕੀਤਾ ਜਾਂਦਾ, ਜਦੋਂ ਤੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਦੇ ਵੀ ਮਨੁੱਖ ਦਾ ਜੀਵਨ ਸਫਲ ਨਹੀਂ ਹੋ ਸਕਦਾ। ਸਤਿਗੁਰੂ ਜੀ ਦਾ ਮੁੱਖ ਵਾਕ ਅਸੀਂ ਪੜ੍ਹਦੇ ਹਾਂ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੇ ਇੱਥੇ ਸਤ ਸੰਗਤ ਜੀ ਇਹ ਵਿਚਾਰ ਇਹ ਨਹੀਂ ਸਮਝ ਲੈਣੀ ਕਿ ਜਿਹੜੇ ਸਤਿਗੁਰੂ ਜੀ ਦੇ ਇਤਿਹਾਸਕ ਪਾਵਨ ਅਸਥਾਨ ਹਨ, ਸਰੋਵਰ ਹਨ, ਜਿਨ੍ਹਾਂ ਤੀਰਥਾਂ ਤੇ ਜਾ ਕਰਕੇ ਬੜੇ ਭਾਵਨਾ ਸ਼ਰਧਾ ਦੇ ਨਾਲ ਅਸੀਂ ਇਸ਼ਨਾਨ ਕਰਦੇ ਹਾਂ, ਉਹਨਾਂ ਤੇ ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ? ਲਾਭ ਹੈ, ਬਹੁਤ ਸਾਰਾ ਲਾਭ ਹੈ, ਕਿਉਂਕਿ ਜਿਵੇਂ ਸਤਿਗੁਰੂ ਜੀ ਨੇ ਵਚਨ ਉਚਾਰਨ ਕੀਤੇ ਹਨ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਸਾਰੇ ਜਿਹੜੇ ਕਮਾਏ ਹੋ ਪਾਪ ਉਤਰ ਜਾਂਦੇ ਹਨ। ਰਾਮਦਾਸ ਸਰੋਵਰ ਨੀਕਾ, ਜੋ ਨਹਾਵੇ ਸੋ ਕੁਲ ਤਰਾਵੇ,
ਉਧਾਰ ਹੋਆ ਹੈ ਜੀ ਕਾ, ਜੀਵਾਂ ਦਾ ਉਧਾਰ ਹੋ ਜਾਂਦਾ ਹੈ। ਪਰ ਇਹ ਵੈ ਕਿ ਸਤਿਗੁਰੂ ਜੀ ਦੀ ਮੱਤ ਨੂੰ ਵੀ ਜੀਵਨ ਦੇ ਵਿੱਚ ਨਾਲ ਨਾਲ ਧਾਰਨ ਕਰੇ ਤਾਂ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ, ਨਹੀਂ ਤਾਂ ਇੱਕ ਪਾਉ ਲੱਥੀ ਨਾਤੇ ਆ ਦੋਏ ਪਾ ਚੜੀ ਅਸ ਹੋਰ। ਮਹਾਰਾਜ ਕਹਿੰਦੇ ਹਨ ਕਿ ਭਾਵੇਂ ਤੀਰਥਾਂ ਤੇ ਵੀ ਇਸ਼ਨਾਨ ਕਰਦਾ ਪਰ ਮੰਦਾ ਸੁਭਾਅ ਨਹੀਂ ਨਾ ਜੇਕਰ ਆਪਣਾ ਛੱਡਦਾ, ਪਾਪ ਕਰਮ ਕਰਨੇ ਨਹੀਂ ਛੱਡਦਾ, ਝੂਠ ਬੋਲਣ ਤੋਂ ਗਰੇਜ ਨਹੀਂ ਕਰਦਾ, ਚੋਰੀਆਂ ਕਰਨੀਆਂ, ਛਲ ਕਰਨਾ, ਕਪਟ ਕਰਨਾ, ਇਹ ਔਗਣਾਂ ਦਾ ਤਿਆਗ ਨਹੀਂ ਕਰਦਾ, ਤੇ ਫਿਰ ਭਾਵੇਂ ਤੀਰਥਾਂ ਤੇ ਵੀ ਇਸ਼ਨਾਨ ਕਰੇ ਜਾਵੇ ਫਿਰ ਤਾਂ ਸਗੋਂ ਕਈ ਗੁਣਾ ਵੱਧ ਮਿਲ ਲੱਗਦੀ ਹੈ। ਫਿਰ ਹਿਰਦਾ ਤਾਂ ਪਵਿੱਤਰ ਹੋਣਾ ਦੂਰ ਰਿਹਾ, ਹੋਰ ਵੀ ਕਈ ਗੁਣਾ ਵੱਧ ਪਾਪ ਕਰਮਾਂ ਦੀ ਮੈਲ ਲਾ ਕਰਕੇ ਆ ਜਾਂਦਾ ਹੈ। ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਹਨ, ਹੇ ਗੁਰਸਿੱਖੋ ਤੀਰਥ ਨਾਵਹੇ ਅਰਚਾ ਪੂਜਾ। ਕਹਿੰਦੇ ਕਿ ਹਿੰਦੂ ਮਰ ਦੇ ਅਨੁਸਾਰ ਉਹ ਤੀਰਥਾਂ ਤੇ ਇਸ਼ਨਾਨ ਕਰਦੇ ਆ, ਫਿਰ ਇਸੇ ਪ੍ਰਕਾਰ ਅਰਚਾ ਕਹਿੰਦੇ ਨੇ ਸਾਧ ਸੰਗਤ ਜੀ ਲੇਪਨ ਕਰਨੇ, ਫਿਰ ਪੂਜਾ ਕਰਦੇ ਹਨ। ਇਸ ਪ੍ਰਕਾਰ ਕਿੰਨੇ ਕਿੰਨੇ ਦਾ ਦੇ ਇਹ ਸਾਧ ਸੰਗਤ ਪੂਜਾ ਕਰਨੀ ਅਰਚਾ ਬੰਧਨ ਕਰਦੇ ਹਨ। ਅਗਰ ਵਾਸ ਬਹਿਕਾਰ, ਅਗਰ ਨਾਮ ਸੁਗੰਧੀ ਦਾ ਹੈ, ਸੁਗੰਧੀ ਦਾਇਕ ਜਿਹੜੇ ਕੋਈ ਲੱਕੜਾਂ ਹਨ, ਕੋਈ ਫਲ ਆਦਿਕ ਹਨ, ਫੁੱਲ ਹਨ, ਉਹਨਾਂ ਦੀ ਸੁਗੰਧੀ ਨੂੰ ਮਾਣਦੇ ਰਹਿੰਦੇ ਆ, ਤੇ ਜਾਂ ਫਿਰ ਲਿਆ ਕਰਕੇ ਸਤ ਸੰਗਤ ਜੀ ਮੂਰਤਾਂ ਦੇ ਸਾਹਮਣੇ ਲਿਆ ਕੇ ਰੱਖ ਦਿੰਦੇ ਹਨ। ਅਗਰ ਵਾਸ ਬਹਿਕਾਰ, ਗਰੀਬਨ ਵਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਅੰਤਰੀ ਭਾਗ ਦੇ ਵਿੱਚ ਵੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ ਕਿ ਕਿਉਂਕਿ ਫਾਰਸੀ ਦੇ ਵਿੱਚ ਹਿੰਦੂ ਚੋਰ ਨੂੰ ਕਿਹਾ ਜਾਂਦਾ ਸਤ ਸੰਗਤ ਜੀ, ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਕਿ ਜਿਹੜੇ ਸੰਸਾਰ ਦੇ ਅੰਦਰ ਹਿੰਦੂ ਸਾ ਲਾਹੀ ਸਾ ਲਾਹਨ, ਫਿਰ ਨਾਲ ਨਾਲ ਸਿੱਖ ਬੇਨਤੀ ਵੀ ਕਰੀ ਜਾਂਦੇ ਨੇ, ਮਹਾਰਾਜ ਫਿਰ ਹਿੰਦੂ ਕਿਹੜਾ ਸੱਚਾ ਹੁੰਦਾ। ਕਹਿੰਦੇ ਹਨ ਕਿ ਸਲਾਹੁਣੇ ਯੋਗ ਜੋ ਪਰਮਾਤਮਾ ਦੀ ਸਲਾਹ ਕਰਦਾ ਹੈ ਨਾ, ਇਕੱਲਾ ਮੰਦਰ ਦੇ ਵਿੱਚ ਨਹੀਂ ਰੱਬ ਨੂੰ ਮੰਨਦਾ, ਇਕੱਲਾ ਮੂਰਤੀ ਦੇ ਵਿੱਚ ਹੀ ਪਰਮੇਸ਼ਰ ਨੂੰ ਨਹੀਂ ਮੰਨਦਾ, ਹਰ ਥਾਂ ਤੇ ਸਰਬ ਵਿਆਪਕ ਪਰਮੇਸ਼ਰ ਨੂੰ ਜਾਣ ਕਰਕੇ ਮਨ ਦੇ ਵਿੱਚ ਭਾਵਨਾ ਬਣਾ ਕੇ ਸ਼ਰਧਾ ਬਣਾ ਕਰਕੇ ਪਰਮੇਸ਼ਰ ਨੂੰ ਚੇਤੇ ਕਰਦਾ। ਹਿੰਦੂ ਸਾ ਲਾਹੀ ਸਾ ਲਾਹਨ, ਸਲਾਹੁਣੇ ਯੋਗ ਪਰਮਾਤਮਾ ਦੀਆਂ ਜਿਹੜੇ ਸਿਫਤਾਂ ਕਰਦਾ ਹੈ, ਸਲਾਹੁਣਾ ਕਰਦਾ ਹੈ, ਦਰਸ਼ਨ ਰੂਪ ਪਾਰ, ਤੇ ਜਿਹੜਾ ਪ੍ਰਕਿਰਤੀ ਦੇ ਪਾਰਾਂ ਵਾਰ ਤੋਂ ਪਰੇ ਪਰਮੇਸ਼ਰ ਹੈ ਉਹਦੇ ਦਰਸ਼ਨਾਂ ਦੀ ਤਾਂਗ ਰੱਖਦਾ ਮਨ ਅੰਦਰ। ਹੇ ਪਰਮਾਤਮਾ ਮੈਨੂੰ ਦੀਦਾਰ ਬਖਸ਼ਿਸ਼ ਕਰੋ, ਹੇ ਅਕਾਲ ਪੁਰਖ ਜੀ ਮੈਨੂੰ ਦਰਸ਼ਨਾਂ ਦੀ ਦਾਤ ਬਖਸ਼ੋ। ਮਹਾਰਾਜ ਕਹਿੰਦੇ ਅਪਾਰ ਜਿਸ ਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪੈਂਦਾ, ਪ੍ਰਕਿਰਤੀ ਵਿੱਚ ਹੁੰਦਾ ਹੋਇਆ ਵੀ ਪਰਮਾਤਮਾ ਪਰੇ ਹੈ, ਉਸ ਪਾਰਾ ਵਾਰ ਤੋਂ ਰਹਿਤ ਪਰਮੇਸ਼ਰ ਦੇ ਦਰਸ਼ਨਾਂ ਵਾਸਤੇ ਮਨ ਵਿੱਚ ਤਾਂਗ ਰੱਖਦਾ ਹੈ। ਅਸਲ ਕਹਿੰਦੇ ਉਹ ਸੱਚਾ ਹਿੰਦੂ ਹੈ ਜੋ ਪਰਮੇਸ਼ਰ ਦੇ ਦਰਸ਼ਨਾਂ ਦੀ ਮਨ ਵਿੱਚ ਤਾਂਗ ਬਣਾ ਕਰਕੇ ਰੱਖਦਾ ਹੈ। ਫਿਰ ਅੱਗੇ ਉਪਦੇਸ਼ ਦਿੰਦੇ ਨੇ, ਤੀਰਥ ਨਾਵਹੇ ਅਰਚਾ ਪੂਜਾ, ਸਤਸੰਗਤ ਰੂਪੀ ਤੀਰਥ ਤੇ ਆ ਕਰਕੇ ਇਸ਼ਨਾਨ ਕਰਦਾ, ਪਰਮੇਸ਼ਰ ਦੇ ਨਾਮ ਰੂਪੀ ਤੀਰਥ ਤੇ ਹੇ ਜੀਵ ਤੂੰ ਇਸ਼ਨਾਨ ਕਰਨਾ ਕਰ, ਮਨ ਦਾ ਇਸ਼ਨਾਨ ਕਰਾਉਣਾ ਕਰ ਮਨ ਨੂੰ ਪਵਿੱਤਰ ਕਰਨੇ ਦੇ ਵਾਸਤੇ। ਫਿਰ ਤੀਰਥ ਨਾਵਹੇ ਅਰਚਾ ਪੂਜਾ, ਤੇ ਸਤਸੰਗਤ ਜੀ ਪੂਜਨ ਕੀ ਹੈ, ਪੂਜਾ ਅਕਾਲ ਦੀ ਕਰਨੀ ਹੈ।
ਅਰਪਣਾ ਕੀ ਹੈ? ਤਨ ਮਨ ਧਨ ਗੁਰੂ ਚਰਨਾਂ ਵਿੱਚ ਅਰਪਣ ਕਰ ਦੇਣਾ ਕਰੇ ਅਗਰ ਵਾਸ ਰਹਿਕਾਰ। ਤੇ ਤਾਂ ਮਹਾਰਾਜ ਕਹਿੰਦੇ ਹਿਰਦੇ ਦੇ ਅੰਦਰੋਂ ਭਗਤੀ ਦੀ ਸੁਗੰਧੀ ਪ੍ਰਾਪਤ ਕਰ ਸਕਦਾ ਹੈ। ਬਹਿਕਾਰ ਤਾਂ ਬਹਿਕਦੀ ਹੈ ਪਰਮੇਸ਼ਰ ਦੇ ਨਾਮ ਦੀ ਭਗਤੀ ਦੀ ਸੁਗੰਧੀ, ਜੇ ਅਜਿਹੇ ਸ਼ੁਭ ਗੁਣਾਂ ਨੂੰ ਧਾਰਨ ਕਰਦਾ ਹੈ। ਜੋਗੀ ਸੁਣ ਤੇ ਆਵਨ ਜੇਤੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜੇ ਯੋਗ ਪੰਥ ਜਿਹੜਾ ਸੰਸਾਰ ਦੇ ਅੰਦਰ ਪ੍ਰਚਲਿਤ ਹੈ, ਯੋਗਾ ਅਭਿਆਸੀ ਯੋਗੀ ਜਨ ਹਨ। ਮਹਾਰਾਜ ਕਹਿੰਦੇ ਜੋਗੀ ਸੁਣ ਤੇ ਆਵਨ ਜੇਤੇ, ਜਿੰਨੇ ਵੀ ਸੰਸਾਰ ਦੇ ਯੋਗੀ ਹੈ ਨਾ, ਸੁਣ ਦਸਮ ਦੁਆਰ ਅਫੁਰ ਸਮਾਧੀ ਦੇ ਵਿੱਚ, ਅਸਲ ਦੇ ਵਿੱਚ ਅਫੁਰ ਸਮਾਧੀ ਤੇ ਉਹ ਹੁੰਦੀ ਜਿਹਦੇ ਵਿੱਚ ਕੋਈ ਫੁਰਨਾ ਨਾ ਫੁਰੇ। ਸੰਕਲਪਾਂ ਵਿਕਲਪਾਂ ਤੋਂ ਰਹਿ ਤੁਨ ਅਫੁਰ ਸੁਣ ਸਮਾਧੀ ਕਿਹਾ ਜਾਂਦਾ ਹੈ। ਪਰ ਯੋਗੀ ਜਨ ਦਸਮ ਦੁਆਰ ਨੂੰ ਹੀ ਸੁਣ ਸਮਾਧੀ ਮੰਨ ਲੈਂਦੇ ਹਨ। ਸੁਣ ਸਮਾਧ ਨੂੰ ਹੀ ਕਹਿੰਦੇ ਹਨ ਕਿ ਸਾਡੇ ਦਸਮ ਦੁਆਰ ਹੀ ਸਾਡੇ ਵਾਸਤੇ ਅਫੁਰ ਸਮਾਧੀ ਹੈ। ਪਰ ਗੁਰਮਤਿ ਦੇ ਸਿਧਾਂਤ ਅਨੁਸਾਰ ਕਿਸੇ ਪ੍ਰਕਾਰ ਦਾ ਕੋਈ ਸੰਕਲਪ, ਕੋਈ ਵਿਕਲਪ, ਚੰਗਾ ਮੰਦਾ ਕੋਈ ਫੁਰਨਾ ਨਾ ਫੁਰੇ, ਉਹਨੂੰ ਅਫੁਰ ਸਮਾਧੀ ਕਿਹਾ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਯੋਗੀ ਸੁਣ ਤੇ ਆਵਨ ਜੇਤੇ। ਇਹ ਜਿਹੜੇ ਯੋਗਾ ਅਭਿਆਸੀ ਯੋਗੀ ਹੈ, ਇਹ ਸਤ ਸੰਗਤ ਜੀ ਇਹ ਸੁਣ ਸਮਾਧੀ ਦਸਮ ਦੁਆਰ ਦੇ ਵੀ ਜਿਵੇਂ ਧਿਆਉਂਦੇ ਹਨ ਅਲਖ ਨਾਮ ਕਰਤਾਰ ਤੇ ਅਲਖ ਹੋ ਅਲਖ ਹੋ ਇਉਂ ਕਹਿੰਦੇ ਹਨ ਕਰਤਾਰ ਨੂੰ। ਪਰਮੇਸ਼ਰ ਦਾ ਨਾਮ ਰੱਖਿਆ ਹੈ, ਅਲੱਖ ਹੋ ਕਹਿ ਕੇ ਧਿਆਉਂਦੇ ਹਨ। ਸੂਖਮ ਮੂਰਤ ਨਾਮ ਨਿਰੰਜਨ ਤੇ ਫਿਰ ਕਹਿੰਦੇ ਦਸਮ ਦੁਆਰ ਦੇ ਵਿੱਚ ਇੱਕ ਉਂਗਲ ਕੋ ਜਿੰਨਾ ਭਗਵਾਨ ਦਾ ਸਰੂਪ ਮੰਨਦੇ ਹੈ। ਸੂਖਮ ਜਿੰਨਾ ਕਹਿੰਦੇ ਕਿ ਸਰੂਪ ਹੈ ਭਗਵਾਨ ਦਾ। ਤੇ ਫਿਰ ਦੇਖ ਲਓ ਮਹਾਰਾਜ ਕਹਿੰਦੇ ਹਨ ਹੇ ਸ਼ੇਖ ਬ੍ਰਹਮ ਫਰੀਦ, ਉਹ ਪਰਮੇਸ਼ਰ ਨੂੰ ਵੀ ਕਹਿੰਦੇ ਹਨ ਕਿ ਕਾਇਆ ਸਰੂਪ ਹੈ। ਕਾਇਆ ਕਾ ਆਕਾਰ, ਭਗਵਾਨ ਨੂੰ ਛੋਟੇ ਜਿਹੇ ਆਕਾਰ ਦਾ ਮੰਨਦੇ ਹਨ। ਤੇ ਪਰ ਮਹਾਰਾਜ ਅੰਤਰੀ ਭਾਵ ਦੇ ਵੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਹਜ਼ੂਰ ਕਹਿੰਦੇ ਹਨ ਯੋਗੀ ਸੁਣ ਤੇ ਆਵਨ ਜੇਤੇ, ਕਿ ਜਿਹੜਾ ਅਸਲ ਯੋਗੀ ਹੈ ਨਾ, ਜਿਹਦੀ ਚਿੱਤ ਬਿਰਤੀ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਹੋਈ ਹੈ, ਹਿਰਦੇ ਹੋ ਕੇ ਪਰਮਾਤਮਾ ਦਾ ਚਿੰਤਨ ਕਰਦਾ ਹੈ, ਇੱਕ ਚਿੱਤ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸਿਫਤਾਂ ਗਾਉਂਦਾ ਹੈ, ਜਿਹਦੀ ਚਿੱਤ ਬਿਰਤੀ ਕਦੇ ਵੀ ਪਰਮਾਤਮਾ ਦੇ ਚਰਨਾਂ ਦੇ ਨਾਲੋਂ ਟੁੱਟਦੀ ਨਹੀਂ, ਉਹਨੂੰ ਯੋਗੀ ਕਿਹਾ ਜਾਂਦਾ। ਉਹ ਜੁੜਿਆ ਹੋਇਆ ਪਰਮਾਤਮਾ ਨੂੰ ਧਿਆਉਂਦਾ ਰਹਿੰਦਾ ਹੈ। ਤੇ ਹਜ਼ੂਰ ਕਹਿੰਦੇ ਨੇ ਯੋਗੀ ਸੁਣ ਤੇ ਆਵਨ ਜੇਤੇ, ਜਿੰਨੇ ਵੀ ਸੰਸਾਰ ਦੇ ਅਪੁਰ ਸਮਾਧੀ ਦੇ ਵਿੱਚ ਲੀਨ ਹੋ ਕਰਕੇ ਜੁੜੇ ਹੋਏ ਪਰਮੇਸ਼ਰ ਨੂੰ ਧਿਆਉਂਦੇ ਹਨ ਅਲਖ ਨਾਮ ਕਰਤਾਰ, ਉਹ ਲਖਣੇ ਤੋਂ ਰਹਿਤ ਕੇਵਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਨਾਮ ਧਿਆਉਂਦੇ ਹਨ ਕਿ ਪਰਮਾਤਮਾ ਕਰਤਾਰ, ਸਾਰੇ ਸੰਸਾਰ ਦੀ ਵਾਗਡੋਰ, ਸਾਰੀ ਨੱਥ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਹੱਥਾਂ ਦੇ ਵਿੱਚ ਹੈ। ਸਾਰੀ ਸ੍ਰਿਸ਼ਟੀ ਨੂੰ ਮਹਾਰਾਜ ਤੁਸੀਂ ਆਪ ਚਲਾਉਂਦੇ ਪਏ ਹੋ। ਇਸ ਪ੍ਰਕਾਰ ਮਹਾਰਾਜ ਕਹਿੰਦੇ ਅਲਖ ਨਾਮ ਕਰਤਾਰ, ਕਿਉਂਕਿ ਸਾਧ ਸੰਗਤ ਜੀ ਲਖਣਾ ਬਿਰਤੀ ਦੁਆਰਾ ਵੀ ਪਰਮੇਸ਼ਰ ਨੂੰ ਨਹੀਂ ਲਖਿਆ ਜਾ ਸਕਦਾ। ਐਸਾ ਅਲੱਗ ਪਰਮਾਤਮਾ ਦਾ ਸਰੂਪ ਹੈ ਔਰ ਅਲੱਗ ਸਰੂਪ ਜਾਣ ਕਰਕੇ ਪਰਮੇਸ਼ਰ ਨੂੰ ਹੀ ਸਲਾਉਂਦੇ ਹਨ। ਸੂਖਮ ਮੂਰਤ ਨਾਮ ਨਿਰੰਜਨ, ਇਹ ਮਨ ਵਿੱਚ ਭਾਵਨਾ ਬਣਾ ਕੇ ਕਿ ਪਰਮੇਸ਼ਰ ਤੁਹਾਡਾ ਨਾਮ ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਹੈ, ਸ਼ੁੱਧ ਹੈ, ਇੰਨਾ ਜ਼ਿਆਦਾ ਸੂਖਮ ਹੈ ਕਿ ਉਹਨੂੰ ਦੇਖਿਆ ਨਹੀਂ ਜਾ ਸਕਦਾ।
ਜਿਵੇਂ ਸਤ ਸੰਗਤ ਜੀ ਆਤਮਾ ਸੂਖਮ ਹੈ ਨਾ, ਇਸੇ ਤਰ੍ਹਾਂ ਸਤਿਗੁਰੂ ਜੀ ਦਾ ਸ਼ਬਦ ਵੀ ਸੂਖਮ ਹੈ। ਆਤਮਾ ਨੂੰ ਦੇਖਿਆ ਨਹੀਂ ਜਾ ਸਕਦਾ, ਇਸੇ ਤਰ੍ਹਾਂ ਸ਼ਬਦ ਨੂੰ ਵੀ ਦੇਖਿਆ ਨਹੀਂ ਜਾ ਸਕਦਾ। ਐਸਾ ਬ੍ਰਹਮ ਪਰਮਾਤਮਾ ਦਾ ਸ਼ਬਦ ਸਰੂਪ ਹੈ। ਤੇ ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਨਾਮ ਨਿਰੰਜਨ ਮਾਇਆ ਦੀ ਮਹਿਲ ਤੋਂ ਰਹਿਤ ਸ਼ੁੱਧ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਨਾਮ ਹੈ। ਸੂਖਮ ਮੂਰਤ, ਇੰਨਾ ਸੂਖਸ਼ਮ ਮਹਾਰਾਜ ਆਪ ਜੀ ਦਾ ਸਰੂਪ ਹੈ, ਇਹਨਾਂ ਪ੍ਰਤੱਖ ਨੇਤਰਾਂ ਦੇ ਨਾਲ ਉਹਨੂੰ ਦੇਖਿਆ ਨਹੀਂ ਜਾ ਸਕਦਾ। ਵੈਰਾਗ ਗਿਆਨ ਰੂਪੀ ਨੇਤਰਾਂ ਤੋਂ ਬਿਨਾਂ ਮਹਾਰਾਜ ਤੁਹਾਡੇ ਸਰੂਪ ਨੂੰ ਸਾਕਸ਼ਾਤ ਨਹੀਂ ਕੀਤਾ ਜਾ ਸਕਦਾ। ਸੋ ਇਸ ਪ੍ਰਕਾਰ ਜਿੰਨੇ ਵੀ ਸੰਸਾਰ ਦੇ ਅੰਦਰ ਕਾਇਆ ਸਰੀਰ ਹਨ, ਇਹ ਜਾਣੋ ਕਿ ਸਾਰਾ ਪਰਮੇਸ਼ਵਰ ਦਾ ਹੀ ਸਰੂਪ ਹਨ। ਸਰਗੁਣ ਸਰੂਪ ਦੇ ਵਿੱਚ ਸਾਰੇ ਜੀਵਾਂ ਦੇ ਆਕਾਰ ਪਰਮਾਤਮਾ ਦੇ ਹਨ। ਜੋ ਦੀ ਸਹਿ ਸੋ ਤੇਰਾ ਰੂਪ, ਮਹਾਰਾਜ ਸਾਰੇ ਤੁਹਾਡੇ ਆਕਾਰ ਬਣਾਏ ਹਨ। ਸਤਿਆ ਮਨ ਸੰਤੋਖ ਉਪਜੈ। ਇੱਕ ਉਹ ਸੰਸਾਰ ਦੇ ਸਤ ਪ੍ਰਤੱਗੀ ਜੀਵ ਹਨ ਜਿਹੜੇ ਦਾਨ ਕਰਕੇ ਤੇ ਮਨ ਦੇ ਵਿੱਚ ਸੰਤੋਖ ਧਾਰਨ ਕਰਕੇ ਰੱਖਦੇ ਹਨ। ਮਹਾਰਾਜ ਹੁਣ ਦਾਨੀਆਂ ਦੇ ਬਾਬਤ ਵੀ ਦੱਸ ਰਹੇ ਹਨ, ਕਿਉਂਕਿ ਕੋਈ ਆਪਣੇ ਆਪ ਨੂੰ ਕਿੱਦਾਂ ਦਾ ਸਾਧ ਸੰਗਤ ਜੀ ਦਾਤਾ ਖਵਾਉਂਦਾ ਹੈ, ਦਾਨ ਕਰਕੇ ਕਹਿੰਦਾ ਕਿ ਮੈਂ ਇੰਨਾ ਦਾਨ ਕੀਤਾ, ਕੋਈ ਮਨ ਵਿੱਚ ਵਡਿਆਈ ਰੱਖ ਕਰਕੇ ਕਿੰਨੇ ਕਿੰਨੇ ਤਰ੍ਹਾਂ ਦੇ ਮਨ ਵਿੱਚ ਚਾਹ ਬਣਾ ਕਰਕੇ ਦਾਨ ਕਰਦਾ। ਤੇ ਹਜ਼ੂਰ ਕਹਿੰਦੇ ਹਨ, ਪਹਿਲੇ ਉਹ ਹਨ ਦਾਨੀ ਜਿਹੜੇ ਸਤਿਆ ਮਨ ਸੰਤੋਖ ਉਪਜੈ। ਸਤਿਆ ਸਤ ਪ੍ਰਤੱਗੀ ਹਨ, ਸੱਚ ਸਰੂਪ ਨੂੰ ਮੰਨਣ ਵਾਲੇ ਨੇ, ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਬਾਹ ਕਰਨ ਵਾਲੇ ਹਨ। ਉਹਨਾਂ ਦੇ ਮਨ ਵਿੱਚ ਸੰਤੋਖ ਪੈਦਾ ਹੁੰਦਾ ਜਦੋਂ ਕੋਈ ਦਾਨ ਕਰਦੇ ਹਨ। ਇਹ ਮਨ ਵਿੱਚ ਭਾਵਨਾ ਬਣਾ ਕੇ ਕਿ ਮਹਾਰਾਜ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਹੇ ਗਰੀਬ ਨਿਵਾਜ, ਸਭ ਕੁਝ ਆਪ ਜੀ ਦਾ ਬਖਸ਼ਿਸ਼ ਕੀਤਾ ਹੋਇਆ। ਮਹਾਰਾਜ ਤੇਰਾ ਤੁਝ ਕਾ ਸੌਪ ਤੇ ਕਿਆ ਲੱਗਿਆ ਮੇਰਾ। ਉਹ ਕਿਸੇ ਪ੍ਰਕਾਰ ਦੀ ਮਨ ਵਿੱਚ ਹੰਕਾਰ ਨਹੀਂ ਧਾਰਨ ਕਰਦੇ ਕਿ ਅਸੀਂ ਦਾਨ ਕੀਤਾ ਹੈ, ਜੇ ਲੋੜਵੰਦ ਦੀ ਸਹਾਇਤਾ ਕਰ ਦਿੰਦੇ ਹੈ, ਤੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਹੰਕਾਰ ਦਾ ਫੁਰਨਾ ਨਹੀਂ ਲਿਆਉਣਾ ਕਰਦੇ। ਤੇ ਮਹਾਰਾਜ ਕਹਿੰਦੇ ਸਤਿਆ ਮਨ ਸੰਤੋਖ ਉਪਜੈ, ਤਿਨ੍ਹਾਂ ਦੇ ਮਨ ਵਿੱਚ ਸੰਤੋਖ ਪੈਦਾ ਹੁੰਦਾ ਹੈ। ਹੋਰ ਕੋਈ ਲਾਲਸਾ ਨਹੀਂ ਹੁੰਦੀ ਕਿ ਜਿਵੇਂ ਧੇਲੀ ਦੇ ਕੇ ਤੇ ਮੰਗਣੀ ਹਵੇਲੀ, ਕਿ ਰੱਬਾ ਮੈਂ ਧੇਲੀ ਦਾਨ ਕੀਤੀ, ਮੈਨੂੰ ਇਹਦੇ ਬਦਲੇ ਹਵੇਲੀ ਦੇ ਦੇ, ਕਿਉਂ ਕਈ ਕਈ ਗੁਣਾ ਵੱਧ ਹੋਰ ਦਾਨ ਮੰਗ ਲੈਣਾ ਰੱਬ ਤੋਂ। ਮਹਾਰਾਜ ਕਹਿੰਦੇ ਸਤ ਪ੍ਰਤੱਗੀ ਅਜਿਹਾ ਨਹੀਂ ਕਰਨਾ ਕਰਦੇ, ਮਨ ਵਿੱਚ ਸੰਤੋਖੀ ਬਣ ਕੇ ਰਹਿੰਦੇ ਹਨ। ਤੇ ਕੋ ਹਨ ਸੰਸਾਰ ਦੇ ਅੰਦਰ ਦਾਨੀ ਜਿਹੜੇ ਦੇਣ ਲੱਗਿਆਂ ਵਿਚਾਰਾਂ ਕਰਦੇ ਰਹਿੰਦੇ ਹਨ, ਇਹ ਦਾਨ ਦੇਵਾਂ ਕਿ ਨਾ ਦੇਵਾਂ। ਜੇ ਇੱਕ ਵਾਰ ਦੋ ਚਾਰ ਵਾਰ ਦੇ ਦਿੱਤਾ ਤੇ ਦੁਬਾਰਾ ਦੇਣ ਤੋਂ ਫਿਰ ਗੁਰੇਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਤੀਜੇ ਉਹ ਸੰਸਾਰ ਦੇ ਦਾਨੀ ਪੁਰਖ ਹਨ ਜਿਹੜੇ ਦੇ ਮੰਗਹਿ ਸਹਿਸਾ ਗੁਣਾ, ਸਹਿਸਾ ਹਜ਼ਾਰਾਂ ਗੁਣਾ ਵੱਧ ਮੰਗਦੇ ਥੋੜਾ ਜਿਹਾ ਦਾਨ ਦੇ ਦੇ ਕਰਕੇ, ਕਿ ਮਹਾਰਾਜ ਮੈਂ 1,000 ਰੁਪਈਆ ਦਾਨ ਕੀਤਾ ਤੇ ਬਦਲੇ 1,00,000 ਰੁਪਈਆ ਮੈਨੂੰ ਦੇ ਦੇਣਾ। ਲੱਖਾਂ ਦਾਨ ਕੀਤੇ ਤੇ ਕਰੋੜਾਂ ਮੰਗ ਲੈਣੇ, ਕਰੋੜਾਂ ਦਾਨ ਕਰਦੇ ਤੇ ਅਰਬਾਂ ਖਰਬਾਂ ਮੰਗ ਲੈਣੇ। ਮਹਾਰਾਜ ਕਹਿੰਦੇ ਹਨ ਕਿ ਐਸੇ ਦੇ ਮੰਗੇ ਸਹਿਸਾ ਗੁਣਾ, ਉਹ 1,000 ਗੁਣਾ ਵੱਧ ਦਾਨ ਮੰਗਦੇ ਹੈ। ਇੱਕ ਉਹ ਐਸੇ ਸੰਸਾਰ ਦੇ ਦਾਨੀ ਹਨ। ਤੇ ਚੌਥੇ ਪ੍ਰਕਾਰ ਦੇ ਉਹ ਦਾਨੀ ਹਨ ਸੰਸਾਰ ਦੇ ਵੀ ਸੋਭਾ ਤੇ ਮਾਣ ਪਾਉਣ ਦੇ ਵਾਸਤੇ ਦਾਨ ਕਰਦੇ ਹੈ। ਉਹਨਾਂ ਦਾ ਕੇਵਲ ਤਾਂ ਕੇਵਲ ਇੱਕੋ ਨਿਸ਼ਾਨਾ ਹੁੰਦਾ,
ਉਹ ਦਾਨ ਤਾਂ ਕਰਦੇ ਆ ਸੰਸਾਰ ਦੇ ਅੰਦਰ ਲੋਕਾਂ ਨੂੰ ਧਨ ਪਦਾਰਥ ਦਿੰਦੇ ਆ ਕਿ ਲੋਕ ਸਾਡੀ ਆਓ ਭਗਤੀ ਕਰਿਆ ਕਰਨਗੇ, ਲੋਕ ਸਾਨੂੰ ਰੱਬ ਹੀ ਮੰਨ ਲੈਣਗੇ ਕਿ ਇਹ ਰੱਬ ਸਾਡੇ ਵਾਸਤੇ ਲੋੜਵੰਦ ਵਾਸਤੇ। ਤਾਂ ਸਾਧ ਸੰਗਤ ਜੀ ਉਹ ਰੱਬ ਹੁੰਦਾ ਜਿਹੜਾ ਲੋੜ ਵੇਲੇ ਸਹਾਇਤਾ ਕਰ ਦਿੰਦਾ, ਉਸੇ ਨੂੰ ਰੱਬ ਮੰਨ ਲੈਂਦਾ ਕਿ ਮੇਰੀ ਨੇ ਸਹਾਇਤਾ ਕੀਤੀ ਹੈ। ਜੇ ਨਾ ਮੇਰਾ ਸਹਾਇਕ ਬਣਦਾ ਤੇ ਮੇਰੀ ਕਾਹਦੀ ਜ਼ਿੰਦਗੀ ਸੀ। ਤੇ ਫਿਰ ਸਾਧ ਸੰਗਤ ਜੀ ਉਹ ਦਾਨੀ ਪੁਰਖ ਵੀ ਫਿਰ ਜਿਵੇਂ ਮੌਕਾ ਦੇਖ ਦੇਖ ਕਰਕੇ ਦਾਨ ਕਰਦੇ ਹੈ ਤੇ ਫਿਰ ਲੋਕਾਂ ਤੋਂ ਆਪਣਾ ਮਾਣ ਕਰਾਉਂਦੇ ਸਤਿਕਾਰ ਕਰਾਉਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ, ਸੰਸਾਰ ਉਹਨਾਂ ਦੀ ਸੋਭਾ ਕਰਦਾ ਹੈ। ਚਾਰ ਪ੍ਰਕਾਰ ਦੇ ਸੰਸਾਰ ਦੇ ਅੰਦਰ ਦਾਨੀ ਹਨ, ਪਰ ਉੱਤਮ ਉਹ ਹਨ ਜੋ ਮਨ ਦੇ ਵੀ ਸਬਰ ਸੰਤੋਖ ਧਾਰਨ ਕਰਕੇ ਰੱਖਦੇ ਹਨ। ਅਸਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਉਹ ਹੀ ਹੈ ਜਿਹੜਾ ਸਤ ਪ੍ਰਤੱਗੀ ਹੈ, ਸਬਰ ਸੰਤੋਖੀ ਹੈ, ਮਨ ਦੇ ਵਿੱਚ ਲਾਲਸਾ ਕੋਈ ਨਹੀਂ ਹੈ, ਕਿਸੇ ਪ੍ਰਕਾਰ ਦਾ ਲੋਭ ਨਹੀਂ ਹੈ, ਕੋਈ ਲਾਲਚ ਨਹੀਂ ਧਾਰਨ ਕਰਕੇ ਰੱਖਦੇ। ਇੱਕ ਉਹ ਹੁਣ ਐਸੇ ਸੰਸਾਰ ਦੇ ਸਾਖਤ ਪਾਮਰ ਜੀਵ ਹਨ ਜਿਹੜੇ ਚੋਰੀਆਂ ਕਰਦੇ, ਉਹਨਾਂ ਨੂੰ ਚੋਰ ਕਿਹਾ ਜਾਂਦਾ। ਸਾਧ ਸੰਗਤ ਜੀ ਕੋਈ ਧਨ ਦੇ, ਕੋਈ ਪਦਾਰਥਾਂ ਦੇ ਚੋਰ ਹੁੰਦੇ ਹੈ, ਕੋਈ ਮਨ ਦੇ ਚੋਰ ਹੁੰਦੇ ਹਨ, ਕਵਿਤਾ ਚੋਰ ਵੀ ਹੁੰਦੇ ਹੈ ਸੰਸਾਰ ਅੰਦਰ। ਕੋਈ ਕਿਸੇ ਦਾ ਧਨ ਪਦਾਰਥ ਚੁਰਾ ਲਵੇ ਉਹ ਵੀ ਚੋਰ ਗਿਣਿਆ ਜਾਂਦਾ, ਕਿਸੇ ਦੀ ਕਵਿਤਾ ਚੁਰਾ ਕੇ ਆਪ ਸਟੇਜ ਤੇ ਚੜ੍ਹ ਕੇ ਬੋਲ ਦੇਣੀ ਤੇ ਵਿੱਚ ਆਪਣਾ ਨਾਮ ਰੱਖ ਲੈਣਾ, ਉਹ ਕਵਿਤਾ ਚੋਰ ਮੰਨੇ ਜਾਂਦੇ। ਇੱਕ ਮਨ ਦੇ ਚੋਰ ਹਨ ਸਾਧ ਸੰਗਤ ਜੀ ਜਿਹੜੇ ਆਪਣੇ ਔਗੁਣਾਂ ਨੂੰ ਮਨ ਦੇ ਵੀ ਛੁਪਾ ਕੇ ਰੱਖਦੇ ਹੈ। ਦੂਜਿਆਂ ਦੇ ਦੋਸ਼ ਭਾਵੇਂ ਵਾਰ ਵਾਰ ਅਰਪੀ ਜਾਂਦੇ ਕਿ ਇਹਦੇ ਵਿੱਚ ਫਲਾਣੇ ਬੰਦੇ ਵਿੱਚ ਆਹ ਦੋਸ਼ ਆ, ਆਹ ਔਗਣੇ ਹੈ, ਉਹ ਮਨ ਦੇ ਚੋਰ ਹਨ। ਤੇ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਚੋਰ ਕਿਹਾ ਜਿਹੜੇ ਪਰਮੇਸ਼ਵਰ ਦਾ ਨਾਮ ਨਹੀਂ ਜਪਦੇ। ਹਜ਼ੂਰ ਦਾ ਮੁੱਖ ਵਾਕ ਹੈ, ਤੇ ਤਸਕਰ ਜੋ ਨਾਮ ਨਾ ਦੇਵਹੇ ਵਾਸਹਿ ਕੋਟ ਪੰਚਾਸਾ। ਮਹਾਰਾਜ ਕਹਿੰਦੇ ਹਨ ਜੋ ਪਰਮੇਸ਼ਵਰ ਦਾ ਨਾਮ ਨਹੀਂ ਨਾ ਜਪਦੇ, ਉਹ ਜਾਣੋ ਕਿ ਵੱਡੇ ਚੋਰ ਹਨ। ਵਾਹਿਗੁਰੂ ਦੇ ਨਾਮ ਜਪਣ ਤੋਂ ਮਨ ਨੂੰ ਚੁਰਾ ਕੇ ਰੱਖਦੇ ਆ, ਆਪਣੇ ਤਨ ਨੂੰ ਵੀ ਸੰਗਤ ਵਿੱਚ ਬਿਠਾਉਣ ਤੋਂ ਵਾਰ ਵਾਰ ਚੁਰਾ ਕੇ ਰੱਖਦੇ। ਯਾ ਰੱਬਾ ਝੂਠ ਹੀ ਹੋ ਜਾਵੇ, ਨਾ ਹੀ ਸੰਗਤ ਵਿੱਚ ਬੈਠਣਾ ਪਵੇ, ਨਾ ਹੀ ਨਾਮ ਦੇ ਵੀ ਜਾਗ ਕਰਕੇ ਸਿਮਰਨ ਕਰਨਾ ਪਵੇ। ਜਿੱਥੇ ਨਾਮ ਜਪ ਰਹੇ ਨੇ ਪਰਮੇਸ਼ਵਰ ਦੇ ਪਿਆਰੇ, ਉੱਥੇ ਨਾ ਹੀ ਬਹਿਣਾ ਪਵੇ ਤਾਂ ਚੰਗੀ ਗੱਲ ਹੈ। ਹਰ ਸਮੇਂ ਚੁਰਾ ਚੁਰਾ ਕਰਕੇ ਰੱਖਦੇ, ਬਹਾਨੇ ਬਣਾ ਲੈਂਦੇ ਕਿ ਸਾਨੂੰ ਕੰਮ ਪੈ ਗਿਆ, ਸਾਨੂੰ ਆਹ ਕੰਮ ਪੈ ਗਿਆ। ਇਉਂ ਕਈ ਵਾਰ ਸਰੀਰ ਦੇ ਕੋਈ ਰੋਗ ਦਾ ਬਹਾਨਾ ਬਣਾ ਕਰਕੇ ਨਾਮ ਜਪਣ ਤੋਂ ਆਪਣੇ ਆਪ ਨੂੰ ਚੁਰਾ ਕੇ ਰੱਖਦੇ ਹਨ। ਮਹਾਰਾਜ ਨੇ ਉਹਨਾਂ ਨੂੰ ਵੀ ਚੋਰ ਕਿਹਾ ਗੁਰਬਾਣੀ ਅੰਦਰ। ਤੇ ਸਤਿਗੁਰੂ ਜੀ ਕਹਿੰਦੇ ਹਨ, ਚੋਰਾਂ ਯਾਰਾਂ ਤੇ ਜਿਹੜੇ ਸੰਸਾਰ ਦੇ ਪਾਮਰ ਜੀਵ ਹੈ, ਜਿਨ੍ਹਾਂ ਨੂੰ ਯਾਰਾਂ ਕਿਹਾ ਜਾਂਦਾ, ਜਿਹੜੇ ਸਾਧ ਸੰਗਤ ਜੀ ਪਰਾਏ ਰੂਪਾਂ ਨੂੰ ਤੱਕਦੇ ਰਹਿੰਦੇ ਹਨ, ਪਰਾਏ ਘਰਾਂ ਵਿੱਚ ਜਾ ਕਰਕੇ ਵਿਭਚਾਰ ਕਰਦੇ ਹਨ, ਫਿਰ ਕੂੜ ਯਾਰਾਂ ਜਿਹੜੇ ਝੂਠ ਹੀ ਬੋਲਦੇ ਰਹਿੰਦੇ ਹਨ। ਇੱਕ ਉਹ ਖਰਾਬ ਸੰਸਾਰ ਦੇ ਜੀਵ ਹਨ ਜਿਹੜੇ ਹਰ ਸਮੇਂ ਭੈੜੇ ਕਰਮ ਕਰਦੇ ਰਹਿੰਦੇ ਹਨ, ਕਦੇ ਵੀ ਉਹਨਾਂ ਨੇ ਚੰਗਾ ਕਰਮ ਨਹੀਂ ਕਰਨਾ, ਮੰਦੇ ਤੋਂ ਮੰਦਾ ਕਰਮ ਕਰਦੇ ਹਨ, ਬੇਕਾਰ ਤੇ ਇੱਕ ਵਿਕਾਰੀ ਸੰਸਾਰ ਦੇ ਜੀਵ ਹਨ, ਹਰ ਸਮੇਂ ਵਿਕਾਰਾਂ ਨੂੰ ਭੋਗਣ ਦੇ ਵਿੱਚ ਹੀ ਗ੍ਰਸੇ ਰਹਿੰਦੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਹੈ ਗੁਰਸਿੱਖੋ, ਜੋ ਕੁੱਝ ਪੂਰਬਲੇ ਜਨਮਾਂ ਦਾ ਸੰਚਿਤ ਕੀਤਾ ਹੋਇਆ ਸੀ, ਉਹ ਇਸ ਜਨਮ ਦੇ ਵਿੱਚ ਉਹਨਾਂ ਨੇ ਸੁੱਖ ਹੰਢਾ ਲਏ, ਖਾ ਪੀ ਲਿਆ,
ਮਹਾਰਾਜ ਕਹਿੰਦੇ ਇੱਕ ਹੋਦਾ ਜੋ ਕੁਝ ਹੈਗਾ ਸੀ ਉਹਨਾਂ ਦੇ ਜੀਵਨ ਦੇ ਅੰਦਰ ਪਰਾਰੱਭ ਦੇ ਵਿੱਚ ਰੱਬ ਨੇ ਲਿਖਿਆ ਸੀ ਪੂਰਬਲੇ ਪੁੰਨ ਕਰਮਾਂ ਦਾ ਫਲ। ਇੱਕ ਹੁੰਦਾ ਖਾਏ ਚੱਲੇ ਐਥਾਓ ਇਥੋਂ ਸੰਸਾਰ ਲੋਕ ਤੋਂ ਚਲੇ ਗਏ ਹਨ ਤੇ ਜੇ ਕੋਈ ਪੁੰਨ ਦਾਨ ਨੇ ਕੀਤਾ ਨਾ ਕੋਈ ਚੰਗਾ ਕਰਮ ਕੀਤਾ ਨਾ ਭਜਨ ਬੰਦਗੀ ਕੀਤਾ ਤੇ ਫਿਰ ਅੱਗੇ ਜਾ ਕੇ ਉਹਨਾਂ ਨੇ ਕਿੱਦਾਂ ਦੀ ਕਮਾਈ ਕਰਨੀ ਭਲਾ ਕੀ ਅੱਗੇ ਜਾ ਕਰਕੇ ਕੁਝ ਖੱਟ ਲੈਣਗੇ ਰੱਬ ਦੇ ਘਰ ਵਿੱਚ। ਕਮਾਈ ਤਾਂ ਜ਼ਿੰਦਗੀ ਹੁੰਦਿਆਂ ਜੀਵਨ ਕਾਲ ਦੌਰਾਨ ਹੀ ਕਰ ਸਕਦੇ ਸੀ ਨਾ ਜੇ ਧਰਮ ਦੀ ਕਿਰਤ ਕਰਦੇ ਭਜਨ ਬੰਦਗੀ ਕਰਦੇ ਕੋਈ ਚੰਗਾ ਕਰਮਾਂ ਦਾ ਬੀਜ ਲੈਂਦੇ ਤੇ ਅੱਗੇ ਜਾ ਕੇ ਫਲ ਵੀ ਉਹਨਾਂ ਨੂੰ ਚੰਗਾ ਮਿਲ ਜਾਂਦਾ ਪਰ ਪਾਪ ਕਰਮ ਹੀ ਕਰਦੇ ਰਹੇ ਕੇਵਲ ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਹੀ ਮਾਣਦੇ ਰਹੇ ਕਦੇ ਵੀ ਪਰਮਾਤਮਾ ਨੂੰ ਚੇਤੇ ਨਾ ਕੀਤਾ ਤੇ ਮਹਾਰਾਜ ਕਹਿੰਦੇ ਅੱਗੇ ਉਹ ਕਿਹੜੀ ਜਾ ਕੇ ਉਹਨਾਂ ਨੇ ਕਮਾਈ ਕਰਨੀ ਕੀ ਖੱਟ ਲੈਣਗੇ ਕੁਝ ਨਹੀਂ ਪੱਲੇ ਪੈਣ ਵਾਲਾ ਕਿਉਂਕਿ ਪਰਮਾਤਮਾ ਦੇ ਘਰ ਦੇ ਵਿੱਚ ਕਰਮਾਂ ਦੇ ਕਰਕੇ ਨਿਬੇੜਾ ਹੁੰਦਾ ਮਨੁੱਖ ਦੇ ਅਮਲਾਂ ਦਾ ਨਿਬੇੜਾ ਹੁੰਦਾ ਹੈ ਚੰਗੇ ਕਰਮ ਹਨ ਭਾਵੇਂ ਮੰਦੇ ਕਰਮ ਹੈ ਉਹਦਾ ਫਲ ਜਰੀਬ ਜੀਵ ਨੂੰ ਮਿਲਣਾ ਕਰਦਾ ਹੈ ਔਰ ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ ਇੱਕ ਹੋਦਾ ਖਾਏ ਚੱਲੇ ਹੈ ਐਥਾਓ ਅੰਤਰੀ ਭਾਵ ਵਿੱਚ ਕਹਿੰਦੇ ਹਨ ਕਿ ਕੋ ਸੰਸਾਰ ਦੇ ਅੰਦਰ ਗੁਰਮੁਖ ਪਿਆਰੇ ਵਾਹਿਗੁਰੂ ਦੇ ਪਿਆਰੇ ਪੁਰਖ ਹਨ ਜਿਨ੍ਹਾਂ ਨੇ ਹੁੰਦਾ ਹੰਕਾਰ ਨੂੰ ਖਾ ਲਿਆ ਹੈ ਅਭਾਵ ਕਰ ਦਿੱਤਾ ਸ਼ਬਰ ਦਾ ਆਸਰਾ ਲੈ ਕਰਕੇ ਜਿਨ੍ਹਾਂ ਨੇ ਹੰਕਾਰ ਨੂੰ ਅਭਾਵ ਹੀ ਕਰ ਦਿੱਤਾ ਹੈ ਮਹਾਰਾਜ ਕਹਿੰਦੇ ਚੱਲ ਐ ਥਾਓ ਉਹ ਵੀ ਭਾਵੇਂ ਸੰਸਾਰ ਤੋਂ ਜਾਂਦੇ ਪੰਜ ਪੌਤਕ ਸਰੀਰ ਨੂੰ ਤਿਆਗ ਕਰਕੇ ਪਰ ਉਹਨਾਂ ਦਾ ਸੰਸਾਰ ਦੇ ਜੀਵਾਂ ਦੇ ਨਾਲੋਂ ਜਾਣਾ ਬਹੁਤ ਵੱਖਰਾ ਹੁੰਦਾ ਹੈ ਬਹੁਤ ਨਿਵੇਕਲਾ ਹੈ ਸੰਸਾਰੀ ਜੀਵਾਂ ਦੇ ਨਾਲੋਂ ਇਸ ਕਰਕੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਤਿੰਨਾਂ ਪੇ ਕਾਈ ਕਾਰ ਤਿੰਨਾਂ ਨੇ ਜੀਵਨ ਦੇ ਅੰਦਰ ਪ੍ਰੇਮਾ ਭਗਤੀ ਦੀ ਕਾਰ ਕੀਤੀ ਹੈ ਸੱਚ ਨਾਮ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਰੂਪੀ ਕਾਰ ਕੀਤੀ ਹੈ ਇਸ ਕਰਕੇ ਉਹਨਾਂ ਨੇ ਹੰਕਾਰ ਜਿਹੜਾ ਹਉਮੈ ਉਹਨਾਂ ਨੂੰ ਖਾ ਦਿੱਤਾ ਅਭਾਵ ਕਰਿਆ ਹੈ ਉਹ ਵੀ ਭਾਵੇਂ ਸੰਸਾਰ ਤੋਂ ਜਾਂਦੇ ਸਰੀਰ ਕਰਕੇ ਪਰ ਰਹਿੰਦੀ ਦੁਨੀਆਂ ਤੱਕ ਇਹਨਾਂ ਦਾ ਜਸ ਹੁੰਦਾ ਰਹਿੰਦਾ ਹੈ ਜਲ ਥਲ ਜੀਆ ਪੁਰੀਆ ਲੋਵਾ ਲੋਵਾ ਤੇ ਵਿਸ਼ਰਾਮ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਹੇ ਗੁਰਸਿੱਖੋ ਜਲ ਜਲਾਂ ਦੇ ਵਿੱਚ ਥਲ ਥਲਾਂ ਵਿੱਚ ਰਹਿਣ ਵਾਲੇ ਜਿਹੜੇ ਜੀਵ ਜੰਤੂ ਹਨ ਜਲ ਥਲ ਜੀਆ ਪੁਰੀਆ ਲੋਆ ਫਿਰ ਜੀ ਹਨ ਜੀਆਂ ਦੇ ਵੀ ਸਾਧ ਸੰਗਤ ਜੀ ਜੀ ਵੱਸਦੇ ਹੈ ਕਿਉਂਕਿ ਜਿਵੇਂ ਮਾਤਾ ਦੇ ਗਰਭ ਦੇ ਵਿੱਚ ਬੱਚੇ ਦੇ ਜਨਮ ਹੋਣ ਤੋਂ ਪਹਿਲਾਂ ਸਾਧ ਸੰਗਤ ਜੀ ਮਾਤਾ ਦੇ ਗਰਭ ਦੇ ਵਿੱਚ ਹੀ ਵੱਸਦਾ ਹਨ ਜੀਆਂ ਦੇ ਅੰਦਰ ਜੀ ਵੱਸਦੇ ਹਨ ਔਰ ਇਸੇ ਪ੍ਰਕਾਰ ਸੰਸਾਰ ਦੇ ਅੰਦਰ ਜਿਹੜੇ ਜੀਵ ਹਨ ਜੀਵਨ ਦੇ ਅੰਦਰ ਜੀਵ ਪਰਮਾਤਮਾ ਨੇ ਪੈਦਾ ਕੀਤੇ ਹੈ ਸਾਡਾ ਸਰੀਰ ਹੈ ਨਾ ਇਹਦੇ ਅੰਦਰ ਕਿੰਨੇ ਕਿੰਨੇ ਜਿਵੇਂ ਚਿੱਟੇ ਸੈੱਲ ਆ ਰੈੱਡ ਸੈੱਲ ਆ ਇਹ ਵੀ ਸਾਧ ਸੰਗਤ ਜੀ ਜੀਵ ਹੈ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿੰਨੇ ਕਿੰਨੇ ਲੱਖਾਂ ਦੀ ਗਿਣਤੀ ਦੇ ਵਿੱਚ ਪਰਮਾਤਮਾ ਨੇ ਸਾਡੇ ਸਰੀਰ ਦੇ ਅੰਦਰ ਜੀਵ ਪੈਦਾ ਕੀਤੇ ਹੈ ਇਹ ਜਿਹੜੇ ਸੈੱਲ ਆ ਨਾ ਇਹ ਵੀ ਇੱਕ ਜੂਨ ਹੀ ਭੋਗਦੇ ਪਏ ਹੈ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਜੀਵਨ ਦੇ ਅੰਦਰ ਪਰਮਾਤਮਾ ਨੇ ਜੀਵ ਪੈਦਾ ਕੀਤੇ ਹੋਏ ਹੈ ਤੇ ਸਾਧ ਸੰਗਤ ਜੀ ਦੋ ਕੁ ਦਿਨ ਪਹਿਲਾਂ ਮਹਾਂਪੁਰਖਾਂ ਦੇ ਕੋਲ ਬੈਠੇ ਸਾਂ ਕਹਿੰਦੇ ਕਿ ਹਰ ਇੱਕ ਇਹ ਸਰੀਰ ਦੇ ਨਾਲ ਜਿਹੜੇ ਇੰਦਰੇ ਲੱਗੇ ਹਨ ਹਰ ਇੱਕ ਇੰਦਰੇ ਦਾ ਆਪਣਾ ਤਪ ਹੈ ਤੇ ਵਿਚਾਰ ਚੱਲ ਰਹੀ ਸੀ ਕਹਿੰਦੇ ਸਨ ਕਿ ਰੋਗ ਦਾ ਜਨਮ ਕਿੱਥੋਂ ਹੁੰਦਾ ਇਹ ਰਜੋ ਤਮੋ ਤੇ ਸਤੋ ਗੁਣ ਤੋਂ ਰੋਗ ਦਾ ਜਨਮ ਹੁੰਦਾ
ਇਹ ਵਿਚਾਰ ਚੱਲ ਰਹੇ ਸੀ ਤੇ ਕਹਿੰਦੇ ਕਿ ਸਰੀਰ ਦੇ ਅੰਦਰ ਇਹ ਇੰਨੇ ਜ਼ਿਆਦਾ ਪਰਮਾਤਮਾ ਨੇ ਜੀਵ ਪੈਦਾ ਕੀਤੇ, ਉਹਨਾਂ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ, ਉਹਨਾਂ ਦਾ ਅੰਤ ਹੀ ਨਹੀਂ ਪੈਂਦਾ। ਜਦੋਂ ਕਿਤੇ ਜ਼ਖਮ ਹੋ ਜਾਂਦਾ ਨਾ, ਕੋਈ ਫੱਟ ਲੱਗ ਜਾਂਦਾ ਸਰੀਰ ਤੇ ਉਹਨਾਂ ਦੀ ਡਿਊਟੀ ਪਰਮਾਤਮਾ ਨੇ ਲਗਾਈ ਹੋਈ ਹੈ ਸੱਲਾਂ ਰੂਪ ਜੀਵਾਂ ਦੀ, ਉਹ ਭੱਜ ਕੇ ਕਾਹਲੀ ਦੇ ਨਾਲ ਖੂਨ ਨੂੰ ਰੋਕਣ ਦੇ ਵਾਸਤੇ ਭੱਜ ਕੇ ਆ ਜਾਂਦੇ ਦੌੜ ਕੇ, ਜਿਵੇਂ ਸਤ ਸੰਗਤ ਜੀ ਨਹਿਰ ਦਾ ਜਾਂ ਕਿਸੇ ਨਖਾਸੂ ਦਾ ਨੱਕਾ ਟੁੱਟ ਜਾਵੇ ਤੇ ਲੋਕ ਭੱਜ ਕੇ ਇਕੱਠੇ ਹੋ ਕੇ ਆਉਂਦੇ ਆ ਨਾ, ਇਕੱਠੇ ਹੋ ਕੇ ਆ ਕੇ ਉਹ ਯਤਨ ਕਰਦੇ ਉਹਨੂੰ ਰੋਕਣ ਦੇ ਵਾਸਤੇ ਸਾਰੇ ਇਕੱਠੇ ਹੋ ਕੇ। ਏਦਾਂ ਜਦੋਂ ਬਹੁਤਾ ਖੂਨ ਵਹਿੰਦਾ ਹੈ ਤੇ ਇੱਕੋ ਵਾਰ ਜਿੰਨੇ ਲੱਖਾਂ ਦੀ ਗਿਣਤੀ ਵੀ ਜੀਵ ਰੂਪੀ ਸੈੱਲ ਹੁੰਦੇ ਹੈ ਉਹ ਆ ਕਰਕੇ ਅੱਗੇ ਥੰਮ ਬਣ ਕੇ ਖਲੋ ਜਾਂਦੇ, ਖੂਨ ਨੂੰ ਰੋਕ ਲੈਂਦੇ ਹੈ। ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ ਜੀਵਾਂ ਦੇ ਅੰਦਰ ਜੀਵ ਪਰਮਾਤਮਾ ਨੇ ਪੈਦਾ ਕੀਤੇ ਹਨ। ਸੋ ਹਜ਼ੂਰ ਨੇ ਉਚਾਰਨ ਕੀਤਾ ਜਲ ਥਲ ਜੀਆ ਪੁਰੀਆਂ ਲੋਵਾ, ਫਿਰ ਪੁਰੀਆਂ ਦੇ ਵਿੱਚ ਇੰਦਰਪੁਰੀ, ਵਿਸ਼ਨਪੁਰੀ, ਸ਼ਿਵਪੁਰੀ, ਬ੍ਰਹਮਪੁਰੀ, ਇਹਨਾਂ ਵਿੱਚ ਰਹਿਣ ਵਾਲੇ ਵੀ ਜਿਹੜੇ ਜੀਵ ਜੰਤੂ ਹਨ, ਲੋਵਾ ਜਿੰਨੇ ਵੀ ਲੋਕ ਹੈ, ਜਿੰਨੇ ਵੀ ਲੋਕਾਈ ਪਰਮੇਸ਼ਰ ਦੀ ਪੈਦਾ ਕੀਤੀ ਹੈ, ਤੇ ਜਿੰਨੇ ਵੀ ਆਕਾਰ ਬਣੇ ਹੋਏ ਨਾ ਸ੍ਰਿਸ਼ਟੀ ਦੇ, ਉਹਨਾਂ ਆਕਾਰਾਂ ਦੇ ਅੰਦਰ ਵੀ ਪਰਮਾਤਮਾ ਨੇ ਆਕਾਰ ਬਣਾਏ ਹੋਏ ਹਨ। ਕੋਈ ਛੋਟੇ ਆਕਾਰ ਦਾ ਹੈ, ਕੋਈ ਵੱਡੇ ਆਕਾਰ ਦਾ ਹੈ, ਜਿਵੇਂ ਸਾਧ ਸੰਗਤ ਜੀ ਵੱਡਾ ਸਾਰਾ ਮਹਿਲ ਬਣਾਇਆ ਹੋਵੇ ਜਾਂ ਕੋਈ ਵੱਡੀ ਸਾਧ ਸੰਗਤ ਜੀ 7-8 ਮੰਜ਼ਲੀ ਕਿਸੇ ਨੇ ਕੋਠੀ ਬਣਾਈ ਹੋਵੇ, ਇਹ ਛੋਟਾ ਕਮਰਾ ਹੁੰਦਾ ਉਹਦੇ ਵਿੱਚ ਵੱਡੇ ਆਕਾਰ ਦਾ ਵੀ ਕਮਰਾ ਹੁੰਦਾ ਹੀ ਹੈ, ਇਹ ਇੱਕ ਵੱਡਾ ਹਾਲ ਹੁੰਦਾ ਤੇ ਛੋਟਾ ਹਾਲ ਵੀ ਹੁੰਦਾ ਹੈ। ਇਹ ਮਹਾਰਾਜ ਕਹਿੰਦੇ ਸ੍ਰਿਸ਼ਟੀ ਦੇ ਆਕਾਰਾਂ ਦੇ ਅੰਦਰ ਆਕਾਰ ਪਰਮੇਸ਼ਰ ਨੇ ਪੈਦਾ ਕੀਤੇ ਹਨ, ਤਮਾਮ ਜੀਵਾਂ ਦੇ ਅੰਦਰ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਜੀਵ ਹਨ। ਓਏ ਜੇ ਅੱਖ ਹੈ ਸੋ ਤੂੰ ਹੈ ਜਾਣ ਹੈ, ਹੇ ਪਰਮਾਤਮਾ ਇਹ ਤਮਾਮ ਜੀਵ ਜੰਤੂ ਜੋ ਕੁਝ ਵੀ ਕਹਿੰਦੇ ਹਨ ਪਰਮਾਤਮਾ ਤੂੰ ਉਹਨਾਂ ਦੇ ਅੰਦਰ ਦੀ ਜਾਣਦਾ ਹੈ, ਕਿਉਂਕਿ ਵਾਹਿਗੁਰੂ ਅੰਤਰ ਜਾਮੀ ਹੈ, ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣੈ, ਪਰਮਾਤਮਾ ਸਭ ਦੇ ਦਿਲਾਂ ਦੀ ਜਾਣਦਾ ਹੈ। ਤਿਨਾ ਭੇ ਤੇਰੀ ਸਾਰ, ਤੇ ਹਜ਼ੂਰ ਕਹਿੰਦੇ ਤਿਨਾ ਭੇ ਤੇਰੀ ਸਾਰ, ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਹੇ ਪਰਮੇਸ਼ਵਰ ਜੀ, ਸੰਸਾਰ ਦੇ ਤਮਾਮ ਜੀਵ ਜੰਤੂ ਜਿਹੜੇ ਪੈਦਾ ਕੀਤੇ ਹੋਏ ਆ ਨਾ ਮਹਾਰਾਜ, ਉਹ ਵੀ ਸਾਰ ਤੁਹਾਨੂੰ ਹੀ ਸਿਮਰਦੇ ਹਨ। ਤਿਨਾਂ ਤੇ ਤੇਰੀ ਸਾਰ, ਤਿਨਾਂ ਤੇ ਮਹਾਰਾਜ ਤੁਹਾਡਾ ਬਲ ਵਰਤਦਾ ਪਿਆ ਹੈ, ਤਿਨਾਂ ਸੰਸਾਰ ਭਰ ਦੇ ਤਮਾਮ ਜੀਵਾਂ ਨੂੰ ਪਰਮੇਸ਼ਰ ਤੋਂ ਆਪ ਹੀ ਸੰਭਾਲਦਾ ਪਿਆ, ਹਰ ਇੱਕ ਜੀਵ ਦੀ ਪਰਵਰਿਸ਼ ਕਰਦਾ ਪਿਆ, ਪਰਮਾਤਮਾ ਤੂੰ ਅੰਤਰਜਾਮੀ ਹੈ, ਸਭ ਦੀ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ। ਨਾਨਕ ਭਗਤ ਭੁੱਖ ਸਲਾਹਣ, ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਹਜ਼ੂਰ ਨੇ ਉਚਾਰਨ ਕੀਤਾ ਹੈ ਸ਼ੇਖ ਬ੍ਰਹਮ ਫਰੀਦ, ਸੰਸਾਰ ਦੇ ਅੰਦਰ ਜਿੰਨੇ ਵੀ ਮਤ ਮਤਾਂਤਰ ਹਨ, ਕੋਈ ਜੋਗੂ ਹੈ, ਜੋਗੀ ਹੈ, ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਤੇ ਕਹਿੰਦੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਜਿਹੜੇ ਭਗਤ ਹੈ ਨਾ ਉਹ ਸਭ ਤੋਂ ਉੱਤਮ ਹਨ। ਨਾਨਕ ਭਗਤਾਂ ਭੁੱਖ ਸਲਾਹਣ, ਜਿਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਭੁੱਖ ਲੱਗੀ ਹੋਈ ਹੈ। ਨਾਨਕ ਭਗਤਾਂ ਭੁੱਖ ਸਲਾਹਣ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਭੁੱਖ ਹੈ, ਹਰ ਸਮੇਂ ਪਰਮਾਤਮਾ ਦੇ ਪ੍ਰੇਮਾ ਭਗਤੀ ਦੇ ਵਿੱਚ ਲੀਨ ਹੋ ਕਰਕੇ ਰਹਿੰਦੇ ਹਨ, ਸੱਚ ਨਾਮ ਆਧਾਰ, ਉਹਨਾਂ ਨੂੰ ਕੇਵਲ ਹਿਰਦੇ ਅੰਦਰ ਪਰਮੇਸ਼ਰ ਦੇ ਸੱਚੇ ਨਾਮ ਦਾ ਆਸਰਾ ਹੁੰਦਾ ਹੈ, ਉਹ ਸੰਸਾਰ ਦੇ ਜੀਵਾਂ ਦੇ ਨਾਲ ਉੱਤਮ ਦਰਸਾਏ ਜਾਂਦੇ ਹਨ।
ਭਾਵੇਂ ਕਿਸੇ ਵੀ ਮਜ਼ਹਬ ਦੇ ਵਿੱਚ ਹੈ, ਜੇ ਪਰਮਾਤਮਾ ਦੀ ਭਗਤੀ ਕਰਦਾ ਹੈ ਨਾ, ਉਸੇ ਨੂੰ ਮਹਾਰਾਜ ਸਾਹਿਬ ਜੀ ਨੇ ਸੱਚਾ ਆਖਿਆ ਹੈ। ਸਤਿ ਸੰਗਤ ਜੀ, ਮੁਸਲਮਾਨ ਕਹਾਵਨ ਮੁਸ਼ਕਲ, ਜੇ ਹੋਏ ਤਾਂ ਮੁਸਲਮਾਨ ਕਹਾਵੇ। ਜੇਕਰ ਸੱਚਾ ਮੁਸਲਮਾਨ ਬਣੇ ਤਾਂ ਹੀ ਸਤ ਸੰਗਤ ਜੀ ਅਖਵਾ ਸਕਦਾ ਹੈ ਨਾ। ਇਸਲਾਮ ਨੂੰ ਧਾਰਨ ਕਰਨ ਵਾਲਾ ਤੇ ਗਰੀਬ ਨਵਾਜ਼, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਹਜ਼ੂਰ ਕਹਿੰਦੇ ਹਨ, ਜਿਹੜੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਨ ਵਾਲੇ ਭਗਤ ਜਨ ਹੈ, ਉਹ ਅਸਲ ਭਗਤ ਸਦਾਉਂਦੇ ਹਨ, ਜਿਨ੍ਹਾਂ ਨੂੰ ਕੇਵਲ ਪਰਮੇਸ਼ਰ ਤੁਹਾਡੇ ਨਾਮ ਦਾ ਹੀ ਆਸਰਾ ਹੈ। ਸਦਾ ਆਨੰਦ ਰਹੇ ਦਿਨ ਰਾਤੀ। ਜੋ ਸਦਾ ਇੱਕ ਰਸ ਪਰਮੇਸ਼ਰ ਦੇ ਨਾਮ ਦੇ ਵਿੱਚ ਆਨੰਦ ਦੇ ਵਿੱਚ ਮਸਤ ਰਹਿੰਦੇ ਹਨ, ਦਿਨੇ ਵੀ ਰਾਤ ਵੀ ਅੱਠੇ ਪਹਿਰ ਪਰਮੇਸ਼ਰ ਦੇ ਨਾਮ ਦਾ ਹੀ ਆਨੰਦ ਮਾਣਦੇ ਹਨ। ਗੁਣਵੰਤਿਆ ਪਾਛਾਰ। ਐਸੇ ਗੁਣਵਾਨ ਵਾਹਿਗੁਰੂ ਦੇ ਪਿਆਰੇ ਭਗਤਾਂ ਦੀ ਚਰਨ ਧੂੜੀ ਬਣਨਾ ਚਾਹੀਦਾ ਹੈ। ਗੁਣਵੰਤਿਆ ਪਾਛਾਰ, ਹੇ ਜੀਵ ਆਪਣੇ ਆਪ ਨੂੰ ਤਿਨਾਂ ਦੇ ਚਰਨਾਂ ਦੇ ਵਿੱਚ ਪਾ, ਉਹਨਾਂ ਦੇ ਚਰਨਾਂ ਦੀ ਧੂੜੀ ਬਣ ਜਾ। ਜਿਹੜੇ ਜੀਵ ਗੁਣਵਾਨ ਹਨ, ਸ਼ੁਭ ਗੁਣਾਂ ਦੇ ਧਾਰਨੀ ਹਨ, ਪ੍ਰੇਮਾ ਭਗਤੀ ਕਰਨ ਦੇ ਵਿੱਚ ਹਰ ਸਮੇਂ ਲੱਗੇ ਰਹਿੰਦੇ ਹਨ। ਮਹੱਲਾ ਪਹਿਲਾ, ਮਿੱਟੀ ਮੁਸਲਮਾਨ ਕੀ। ਸਾਧ ਸੰਗਤ ਜੀ, ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਇੱਥੋਂ ਤੱਕ ਸਲੋਕ ਉਚਾਰਨ ਕੀਤਾ, ਤੇ ਜੋ ਸ਼ੇਖ ਬ੍ਰਹਮ ਫਰੀਦ ਸੀ ਨਾ, ਉਹ ਕਹਿਣ ਲੱਗਾ, ਜੀ ਮਹਾਰਾਜ, ਸਾਡੇ ਮਤ ਦੇ ਅਨੁਸਾਰ ਜਿਹੜਾ ਇਸਲਾਮ ਮਤ ਦੇ ਅੰਦਰ, ਜਿਵੇਂ ਜੋ ਮੁਹੰਮਦ ਸਾਹਿਬ ਦੇ ਕਥਨ ਮੁਤਾਬਿਕ, ਗ੍ਰੰਥਾਂ ਦੇ ਮੁਤਾਬਿਕ, ਕੁਰਾਨ ਸ਼ਰੀਫ ਦੇ ਮੁਤਾਬਿਕ, ਜੋ ਇਹ ਸੰਸਾਰ ਦੇ ਅੰਦਰ ਇਹਨਾਂ ਨੇ ਸਿਧਾਂਤ ਰੱਖਿਆ ਹੋਇਆ ਹੈ, ਉਹਦੇ ਅਨੁਸਾਰ ਤਾਂ ਇਹ ਵੈ ਕਿ ਜਿਹੜੇ ਹਿੰਦੂ ਹਨ, ਉਹਨਾਂ ਨੂੰ ਅਗਨ ਤਾਵ ਕੇ ਚੰਡਾ ਲਾ ਕਰਕੇ ਸਾੜਿਆ ਜਾਂਦਾ, ਦਾਹ ਸੰਸਕਾਰ ਕੀਤਾ ਜਾਂਦਾ ਜਦੋਂ ਮੌਤ ਹੋ ਜਾਂਦੀ ਹੈ, ਇੱਥੇ ਵੀ ਸੜਦੇ ਹੈ, ਤੇ ਨਰਕਾਂ ਦੇ ਵਿੱਚ ਵੀ ਉਹਨਾਂ ਨੂੰ ਸੜਨਾ ਪੈਂਦਾ ਹੈ, ਨਰਕਾਂ ਦੇ ਵਿੱਚ ਵੀ ਉਹਨਾਂ ਨੂੰ ਅੱਗ ਦੇ ਵਿੱਚ ਹੀ ਸੜਨਾ ਪੈਂਦਾ, ਇਹ ਸਾਡਾ ਮਤ ਕਹਿੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਕਹਿੰਦੇ ਕਿ ਤਾਂ ਹੀ ਇਸਲਾਮ ਦੇ ਵੀ ਸਾੜਿਆ ਨਹੀਂ ਜਾਂਦਾ, ਧਰਤੀ ਦੇ ਵਿੱਚ ਦਫਨਾਇਆ ਜਾਂਦਾ, ਤੇ ਅੱਗੇ ਜਾ ਕੇ ਫਿਰ ਸੜਨਾ ਨਹੀਂ ਪੈਂਦਾ ਨਰਕਾਂ ਦੇ ਵਿੱਚ। ਤੇ ਹਜ਼ੂਰ ਕਹਿੰਦੇ, ਐਵੇਂ ਤੂੰ ਕਿਵੇਂ ਦਾਅਵੇ ਦੇ ਨਾਲ ਆਖ ਸਕਦਾ? ਕਹਿੰਦਾ, ਜੀ ਅਸੀਂ ਕਹਿ ਸਕਦੇ ਹਾਂ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਉਪਦੇਸ਼ ਦੇਣ ਦੇ ਵਾਸਤੇ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ, ਇਹ ਸ਼ੇਖ ਬ੍ਰਹਮ ਫਰੀਦ ਕੰਨਾਂ ਨੂੰ ਹੱਥ ਲਾ ਕੇ ਫਿਰ ਤੋਬਾ ਕਰਦਾ ਸੀ, ਜਦੋਂ ਮਹਾਰਾਜ ਜੀ ਨੇ ਬਚਨ ਸੁਣਾਏ ਨਾ, ਤੇ ਕਹਿਣ ਲੱਗੇ, ਸਤਿਗੁਰੂ ਜੀ ਨੇ ਉਚਾਰਨ ਕੀਤਾ ਕਿ ਤੁਹਾਡੇ ਗ੍ਰੰਥਾਂ ਦੇ ਵਿੱਚ ਹੀ ਲਿਖਿਆ ਹੋਇਆ ਨਾ, ਕਿਤਾਬਾਂ ਵਿੱਚ ਬਚਨ ਲਿਖੇ ਹੋਏ ਆ ਕਿ ਜਦੋਂ ਵੀ ਅਸੀਂ ਤੁਰਦੇ ਹਾਂ, ਇੱਕ ਬਾਦਸ਼ਾਹ ਦੇ ਸਿਰ ਤੇ ਸਾਡਾ ਪੈਰ ਆਉਂਦਾ, ਦੂਜਾ ਵਜ਼ੀਰ ਦੇ ਸਿਰ ਤੇ ਆਉਂਦਾ। ਇਹ ਤੁਹਾਡੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਨਾ ਕਿ ਮੁਸਲਮਾਨਾਂ ਦੇ ਵਿੱਚ ਇੰਨੇ ਇੰਨੇ ਬਾਦਸ਼ਾਹ ਤੇ ਇੰਨੇ ਵਜ਼ੀਰ ਹੋ ਚੁੱਕੇ ਆ ਸੰਸਾਰ ਦੇ ਅੰਦਰ। ਬੜਾ ਪੁਰਾਣਾ ਮਤ ਹੈ ਸਾਡਾ। ਤੇ ਫਿਰ ਇਹ ਜਾਣ ਲਓ ਕਿ ਜੇ ਸੰਸਾਰ ਦੇ ਅੰਦਰ ਸਾਰੀ ਦੀ ਸਾਰੀ ਜਿਹੜੀ ਮਿੱਟੀ ਹੈ, ਉਹ ਤਾਂ ਫਿਰ ਮੁਸਲਮਾਨਾਂ ਦੀ ਬਣੀ ਹੋਈ, ਉਹਨਾਂ ਦੇ ਸਰੀਰ ਤੋਂ ਬਣ ਚੁੱਕੀ ਹੈ। ਤੇ ਕਹਿੰਦਾ, ਜੀ ਹਾਂ, ਇਸੇ ਤਰ੍ਹਾਂ ਹੀ ਹੈ। ਤੇ ਜਦੋਂ ਇਹ ਹਾਂ ਕੀਤੀ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਲਾ ਇਹ ਮਹੱਲਾ ਉਚਾਰਨ ਕੀਤਾ। ਹਜ਼ੂਰ ਫਰਮਾਉਂਦੇ ਹਨ, ਮਿੱਟੀ ਮੁਸਲਮਾਨ ਕੀ। ਕਹਿੰਦੇ ਹਨ ਕਿ ਜਿਹੜੇ ਮੁਸਲਮਾਨਾਂ ਦੇ ਸਰੀਰ ਦੀ ਜੋ ਮਿੱਟੀ ਹੈ, ਫਿਰ ਕਹਿੰਦੇ ਹਨ ਕਿ ਜਿਹੜਾ ਘੁਮਿਆਰ ਹੈ, ਆਖਿਰਕਾਰ ਜਦੋਂ ਚੀਕਨੀ ਮਿੱਟੀ ਹੋ ਜਾਂਦੀ, ਉਸੇ ਨੂੰ ਲਿਆ ਕੇ ਮਲ ਕੇ ਗੁੰਨ ਕੇ ਚੱਕ
ਤੱਕ ਤੇ ਚਾੜ ਕਰਕੇ ਭਾਂਡੇ ਬਣਾ ਤਿਆਰ ਕਰਦਾ ਹੈ ਨਾ, ਤੇ ਫਿਰ ਉਹਨਾਂ ਨੂੰ ਅੱਗ ਦੇ ਵਿੱਚ ਵੀ ਸੇਕ ਦਿੰਦਾ, ਅੱਗ ਦੇ ਵਿੱਚ ਤਪਾਉਣਾ ਕਰਦਾ ਹੈ। ਤੇ ਸਤ ਸੰਗਤ ਜੀ, ਇਹ ਜਿਹੜੀ ਗੁਰਬਾਣੀ ਦੀ ਪੰਕਤੀ ਹੈ, ਜਿਸ ਨੂੰ ਬਾਬਾ ਰਾਮ ਰਾਏ ਜੀ ਨੇ ਬਦਲ ਕਰਕੇ ਮੁਸਲਮਾਨ ਦੀ ਥਾਂ ਤੇ ਬੇਈਮਾਨ ਕਹਿ ਕੇ ਉਚਾਰਨ ਕਰ ਦਿੱਤਾ ਸੀ, ਔਰੰਗਜ਼ੇਬ ਦੀ ਖੁਸ਼ਾਮਦ ਪਾਉਣ ਦੇ ਵਾਸਤੇ 13,000 ਰੁਪਏ ਹਰ ਰੋਜ਼ ਜੋ ਬਾਦਸ਼ਾਹ ਭੇਜਦਾ ਸੀ, ਲਾਲਚ ਵੱਸ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋ ਗਏ ਸਨ ਬਾਬਾ ਰਾਮ ਰਾਏ ਜੀ, ਤੇ ਕਹਿ ਦਿੱਤਾ ਕਿ ਨਹੀਂ, ਮਹਾਰਾਜ ਜੀ ਨੂੰ ਭੁਲੇਖਾ ਲੱਗ ਗਿਆ, ਇੱਥੇ ਮੁਸਲਮਾਨ ਦੀ ਥਾਂ ਤੇ ਬੇਈਮਾਨ ਕਹਿ ਕੇ ਉਚਾਰਨ ਕਰ ਦਿੱਤਾ ਸੀ। ਤੇ ਫਿਰ ਔਰੰਗੇ ਨੂੰ ਤਾਂ ਸਤ ਸੰਗਤ ਜੀ ਭਾਵੇਂ ਖੁਸ਼ ਕਰ ਲਿਆ, ਪਰ ਪਿਤਾ ਸਤਿਗੁਰੂ ਜੀ ਦੀਆਂ ਖੁਸ਼ੀਆਂ ਨਾ ਪ੍ਰਾਪਤ ਕਰ ਸਕੇ। ਸਤਿਗੁਰੂ ਜੀ ਨੇ ਵਚਨ ਕਰ ਦਿੱਤਾ, ਜਦੋਂ ਸੰਗਤ ਤੋਂ ਪਤਾ ਲੱਗਾ ਕਿ ਮਹਾਰਾਜ ਆਪਦੇ ਸਾਹਿਬਜ਼ਾਦੇ ਨੇ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ ਹੈ, ਤੇ ਕਹਿਣ ਲੱਗੇ ਜਿਹਨੇ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦਾ ਸਤਿਕਾਰ ਨਹੀਂ ਕੀਤਾ, ਉਹ ਭਾਵੇਂ ਸਾਡਾ ਆਪਣਾ ਹੀ ਸਾਹਿਬਜ਼ਾਦਾ ਹੈ। ਹਜ਼ੂਰ ਨੇ ਵਚਨ ਕੀਤਾ ਸੀ, ਕਹਿੰਦੇ ਕਿ ਸਾਡੇ ਮੱਥੇ ਨਾ ਲੱਗੇ, ਜਿੱਧਰ ਮੁੱਖੇ ਉੱਧਰ ਹੀ ਚਲਾ ਜਾਵੇ। ਗੁਰੂ ਘਰ ਦੇ ਵਿੱਚੋਂ ਸ਼ੇਰ ਦਿੱਤਾ ਸੀ ਬਾਬਾ ਰਾਮ ਰਾਏ ਜੀ ਨੇ, ਤਾਂ ਹੀ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਗੁਰੂ ਘਰ ਦੇ ਵਿੱਚੋਂ ਸ਼ੇਰ ਦਿੱਤਾ, ਭਾਵੇਂ ਆਪਣੇ ਹੀ ਪੁੱਤਰ ਸਨ ਬਾਬਾ ਰਾਮ ਰਾਏ ਜੀ। ਸਤ ਸੰਗਤ ਜੀ, ਗੁਰਬਾਣੀ ਦੀ ਤੁਕ ਬਦਲਣ ਦੇ ਕਰਕੇ ਤੇ ਮਹਾਰਾਜ ਹਜ਼ੂਰ ਨੇ ਇਹ ਵਚਨ ਕੀਤਾ, ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ। ਕਹਿੰਦੇ ਹਨ ਕਿ ਪੇੜ ਹੈ ਜਿਵੇਂ ਵਟਣੇ ਵਟ ਕਰਕੇ ਗੁੰਨ ਕਰਕੇ ਮਿੱਟੀ ਦੇ ਭਾਂਡੇ ਤਿਆਰ ਕਰਦਾ, ਜੋ ਕਹਿੰਦੇ ਘੁਮਿਆਰ ਦੇ ਵਾਸਤੇ ਮਿੱਟੀ ਨੇ ਪੈਣਾ ਕੀਤਾ ਹੈ। ਘੜ ਭਾਂਡੇ ਇੱਟਾ ਕੀਆ, ਤੇ ਫਿਰ ਉਹਨਾਂ ਦੇ ਭਾਂਡੇ ਕਈ ਤਿਆਰ ਕਰ ਦਿੰਦਾ, ਘੜ ਦਿੰਦਾ, ਤੇ ਕਈਆਂ ਦੀਆਂ ਫਿਰ ਇੱਟਾਂ ਬਣਾ ਦਿੰਦਾ ਆਵੇ ਦੇ ਵਿੱਚ ਪਾ ਕੇ। ਜਲਦੀ ਕਰੇ ਪੁਕਾਰ, ਤੇ ਜਦੋਂ ਮਿੱਟੀ ਜਲਦੀ ਹੈ ਨਾ, ਭਾਵ ਸੜਦੀ ਹੈ ਅੱਗ ਦੇ ਵਿੱਚ, ਭਾਵੇਂ ਆਵਿਆਂ ਦੇ ਵਿੱਚ ਪੁਕਾਰਾਂ ਕਰਦੀ ਹੈ, ਭੁੱਬਾਂ ਮਾਰ ਮਾਰ ਕਰਕੇ ਰੋਂਦੀ ਹੈ। ਤੇ ਮਹਾਰਾਜ ਕਹਿਣ ਲੱਗੇ, ਸ਼ੇਖ ਬ੍ਰਹਮ ਫਰੀਦ, ਫਿਰ ਦੱਸ, ਹੈ ਤਾਂ ਤੁਹਾਡੀ ਮਿੱਟੀ ਹੈ ਨਾ, ਫਿਰ ਤੁਸੀਂ ਕਹਿੰਦੇ ਉਹਨੂੰ ਸੜਨਾ ਨੀ ਪੈਂਦਾ, ਫਿਰ ਕਿੱਦਾਂ ਭੁੱਬਾਂ ਮਾਰ ਮਾਰ ਕਰਕੇ ਰੋਂਦੀ ਹੈ, ਕਰਲਾਉਂਦੀ ਹੈ, ਉੱਚੀ ਉੱਚੀ ਭੁੱਬਾਂ ਮਾਰ ਕੇ ਰੋਂਦੀ ਹੈ ਨਾ। ਮਹਾਰਾਜ ਕਹਿੰਦੇ, ਜਲਦੀ ਕਰੇ ਪੁਕਾਰ, ਫਿਰ ਪੁਕਾਰਾਂ ਕਰਦੀ ਹੈ, ਫਿਰ ਕੌਣ ਬਚਾਉਣ ਵਾਲਾ ਹੈ। ਜਲ ਜਲ ਰੋਵੇ ਬੱਪੜੀ, ਇਹ ਬੱਪੜੀ ਵਿਚਾਰੀ ਜਿਹੜੀ ਮਿੱਟੀ ਹੈ, ਫਿਰ ਜਲ ਜਲ ਕਰਕੇ ਸੜ ਸੜ ਕਰਕੇ ਉੱਚੀ ਉੱਚੀ ਰੋਂਦੀ ਹੈ। ਝੜ ਝੜ ਪਵੇ ਅੰਗਿਆਰ, ਤੇ ਫਿਰ ਅੰਗਿਆਰ ਝੜ ਝੜ ਕਰਕੇ ਪੈਂਦੇ ਹੈ ਮਿੱਟੀ ਦੇ ਨਾਲੋਂ। ਮਹਾਰਾਜ ਕਹਿੰਦੇ, ਇੱਦਾਂ ਦੀ ਤੁਹਾਡੀ ਜਿਹੜੀ ਸਰੀਰਾਂ ਦੀ ਬਣੀ ਹੋਈ ਮਿੱਟੀ, ਉਹਦੀ ਹਾਲਤ ਬਣਦੀ ਹੈ। ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਜਿਸ ਕਰਨ ਹਾਰੇ ਕਰਤੇ ਪਰਮਾਤਮਾ ਨੇ ਸ੍ਰਿਸ਼ਟੀ ਦੇ ਇਹ ਸਾਰੇ ਖੇਲ ਨੂੰ ਕੀਤਾ ਹੈ। ਉਹ ਕਰਤਾਰ ਪਰਮੇਸ਼ਰ ਆਪ ਹੀ ਸਭ ਦੇ ਦਿਲਾਂ ਦੀ ਜਾਣਦਾ ਹੈ, ਹਕੀਕਤ ਕੀ ਹੈ, ਸੱਚ ਕੀ ਹੈ, ਕਿਹੜਾ ਜੀਵ ਨਰਕਾਂ ਵਿੱਚ ਜਾਂਦਾ ਹੈ, ਕਿਹੜਾ ਸਵਰਗਾਂ ਵਿੱਚ ਜਾਂਦਾ ਹੈ, ਕਿਸ ਨੂੰ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ, ਕਿਹੜਾ ਦੋਜਕਾਂ ਵਿੱਚ ਜਾਂਦਾ, ਕਿਹਨੂੰ ਵਹਿਸ਼ਤਾਂ ਦੀ ਪ੍ਰਾਪਤੀ ਹੁੰਦੀ ਹੈ, ਸ਼ੇਖ ਬ੍ਰਹਮ ਫਰੀਦ ਪਰਮਾਤਮਾ ਜਾਣਦਾ ਹੈ। ਔਰ ਇਸੇ ਪ੍ਰਕਾਰ ਫਿਰ ਇਹ ਮਹੱਲਾ ਪੜੋ, ਹਜ਼ੂਰ ਅੰਤਰੀ ਭਾਵ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਮਹੱਲਾ ਪਹਿਲਾ, ਮਿੱਟੀ ਮੁਸਲਮਾਨ ਕੀ। ਸਤ ਸੰਗਤ ਜੀ,
ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਤਿਨ੍ਹਾਂ ਨੇ ਸਤ ਸੰਗਤ ਜੀ ਜੀਵਨ ਦੇ ਵਿੱਚ ਗਾਥਾ ਮਿਲਦੀ ਹੈ। ਕਹਿੰਦੇ ਕਿ ਇੱਕ ਮੁਸਲਮਾਨ ਬੜਾ ਚੰਚਲ ਸੁਭਾਅ ਦਾ ਤੇ ਬੜਾ ਤੀਬਰ ਬੁੱਧੀ ਵਾਲਾ ਸੀ। ਜਿਵੇਂ ਇਸਲਾਮ ਦੇ ਵਿੱਚ ਮੌਲਵੀ ਹੁੰਦੇ ਨੇ, ਬੜਾ ਵੱਡਾ ਵਿਦਵਾਨ ਸੀਗਾ। ਤੇ ਉਹ ਮਹਾਂਪੁਰਖਾਂ ਦੇ ਕੋਲ ਆ ਕੇ ਕਹਿਣ ਲੱਗਾ ਕਿ ਤੁਸੀਂ ਇਹ ਪੰਕਤੀ ਦੇ ਅਰਥ ਕਰਕੇ ਸੁਣਾਵੋ। ਤੇ ਮਹਾਂਪੁਰਖ ਕਹਿੰਦੇ ਕਿ ਤੁਸੀਂ ਸੁਣਾ ਦੇਵੋ, ਤੁਸੀਂ ਵੀ ਵਿਦਵਾਨ ਹੀ ਹੋ। ਕਹਿੰਦਾ ਨਹੀਂ ਤੁਸੀਂ ਸੁਣਾਓ। ਫਿਰ ਮਹਾਂਪੁਰਖਾਂ ਨੇ ਕਿਹਾ ਤੇ ਫਿਰ ਅਰਥ ਕਰਕੇ ਸੁਣਾਉਣ ਲੱਗ ਪਏ ਸੀ ਇਸ ਪੰਕਤੀ ਦੇ। ਤੇ ਕਹਿੰਦਾ ਸੀ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ। ਕਹਿੰਦੇ ਜਦੋਂ ਜੋ ਖੁਦਾ ਨੇ ਇਸ ਸੰਸਾਰ ਦੇ ਜੀਵਾਂ ਦੀ ਬਣਤਰ ਬਣਾਉਣੀ ਸੀ ਨਾ, ਉਹ ਕਹਿੰਦੇ ਕਿ ਘੁਮਿਆਰ ਰੂਪ ਜਿਹੜਾ ਖੁਦਾ ਆ ਨਾ, ਉਹਨੇ ਫਿਰ ਜਿਹੜੇ ਇਜ਼ਰਾਈਲ ਈਬਾਈਲ ਆਦਿਕ ਫਰਿਸ਼ਤੇ ਸਨ, ਉਹਨਾਂ ਨੂੰ ਭੇਜੇ ਕਿ ਜਾਓ ਮੱਕੇ ਤੋਂ ਜਿਹੜੀ ਹੈ ਪਰਮ ਮਿੱਟੀ ਲੈ ਕਰਕੇ ਆਵੋ, ਉੱਥੇ ਪਵਿੱਤਰ ਮਿੱਟੀ ਹੈ, ਪਾਕ ਮਿੱਟੀ ਹੈ, ਉਹਦੇ ਤੇ ਮੁਸਲਮਾਨਾਂ ਦੀ ਇਹ ਘਾੜਤ ਕਰਨੀ ਹੈ, ਸਰੀਰ ਤਿਆਰ ਕਰਨੇ ਹੈ। ਪਾਕ ਮਿੱਟੀ ਲਿਆ ਕਰਕੇ ਮੁਸਲਮਾਨਾਂ ਦੇ ਸਰੀਰ ਤਿਆਰ ਕੀਤੇ ਸਨ। ਤੇ ਮਹਾਂਪੁਰਖਾਂ ਨੇ ਹੱਸ ਕੇ ਕਿਹਾ, ਕਹਿੰਦੇ ਮੰਨ ਤਾਂ ਗਏ ਹੀ ਹੈ ਨਾ, ਭਾਵੇਂ ਕੰਨ ਪੁੱਠੇ ਤਰ੍ਹਾਂ ਫੜ ਕੇ ਮੰਨ ਗਏ ਆ ਕਿ ਸਰੀਰ ਜਿਹੜੇ ਮਿੱਟੀ ਬਣ ਜਾਂਦੇ ਹੈ, ਆਖਿਰਕਾਰ ਮੰਨ ਤਾਂ ਗਏ ਹੀ ਹੈ ਨਾ। ਤੇ ਮਹਾਰਾਜ ਗਰੀਬ ਨਵਾਜ, ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, ਕਹਿੰਦੇ ਹਨ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ। ਕਹਿੰਦੇ ਘੁਮਿਆਰ ਰੂਪ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਪੇੜੇ ਵਿੱਚ ਪਈ ਹੋਈ ਹੈ, ਜਿਸ ਨੇ ਸਾਰੇ ਸੰਸਾਰ ਦੇ ਸ੍ਰਿਸ਼ਟੀ ਦੀ ਘਾੜਤ ਨੂੰ ਕਰਨਾ ਕੀਤਾ, ਅਥਵਾ ਬ੍ਰਹਮਾ ਦੇ ਪਾਸ ਇਸ ਮਿੱਟੀ ਨੇ ਜਾਣਾ ਕੀਤਾ ਹੈ, ਜਿਸ ਨੇ ਸਾਰੇ ਸੰਸਾਰ ਦੇ ਜੀਵਾਂ ਦੀਆਂ ਘਾੜਤਾਂ ਨੂੰ ਘੜਿਆ ਹੋਇਆ ਹੈ। ਮੁਸਲਮਾਨਾਂ, ਮਹਾਰਾਜ ਕਹਿੰਦੇ ਹਨ ਮਿੱਟੀ ਮੁਸਲਮਾਨ ਕੀ, ਇਹ ਜਾਣੋ ਕਿ ਸੰਸਾਰ ਦੇ ਜਿਹੜੇ ਜੀਵ ਹੈ ਨਾ, ਇਹਦਾ ਕਾਹਦਾ ਮਾਣ ਕਰਨਾ ਹੈ, ਜਿਹੜਾ ਕੇਵਲ ਪੰਜ ਤੱਤਾਂ ਨੂੰ ਵੀ ਮੂਸਲੀ ਪਰਮੇਸ਼ਰ ਦਾ ਬਣਾਇਆ ਹੋਇਆ ਹੈ। ਜੋ ਬ੍ਰਹਮ ਰੂਪ ਘੁਮਿਆਰ ਦੇ ਪੇੜੇ ਵਿੱਚ ਮਿੱਟੀ ਨੇ ਪੈਣਾ ਕੀਤਾ ਹੈ, ਜਿਸ ਬ੍ਰਹਮ ਰੂਪ ਘੁਮਿਆਰ ਨੇ ਸਰੀਰ ਰੂਪੀ ਭਾਂਡੇ ਬਣਾਏ ਹੋਏ ਹੈ, ਆਪੇ ਭਾਂਡੇ ਸਾਜਿਆ ਨਾ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ। ਉਹ ਪਰਮਾਤਮਾ ਨੇ ਆਪ ਹੀ ਕਹਿੰਦੇ ਸਰੀਰ ਰੂਪੀ ਭਾਂਡੇ ਬਣਾਏ ਹੋਏ ਹੈ। ਤੇ ਇੱਟਾਂ ਦੀ ਤਰ੍ਹਾਂ ਜਿਹੜੇ ਜੜ ਜੀਵ ਹਨ, ਰੁੱਖ ਆਦਿਕ ਹਨ, ਉਹ ਪਰਮੇਸ਼ਰ ਨੇ ਇੱਕੋ ਮਿੱਟੀ ਤੋਂ ਬਣਾਏ ਹਨ। ਤੇ ਜਦੋਂ ਇਹ ਸਰੀਰ ਰੂਪੀ ਮਿੱਟੀ ਮਾਤਾ ਦੇ ਗਰਭ ਦੇ ਵਿੱਚ ਜਲਦੀ ਹੈ ਨਾ, ਸੜਦੀ ਜਠਰ ਅਗਨੀ ਦੇ ਪਾਸ, ਉਦੋਂ ਕਹਿੰਦੇ ਫਿਰ ਪੁਕਾਰਾਂ ਕਰਦੀ ਹੈ। ਇਹ ਜੀਵ ਕਿੱਦਾਂ ਫਰਿਆਦਾਂ ਕਰਦਾ ਨਾ ਪਰਮੇਸ਼ਰ ਦੇ ਚਰਨਾਂ ਵਿੱਚ, ਹੇ ਪਰਮਾਤਮਾ ਇੱਕ ਵਾਰ ਇਸ ਕੁੰਭੀ ਨਰਕ ਦੇ ਵਿੱਚੋਂ ਮੈਨੂੰ ਬਾਹਰ ਕੱਢ, ਮੈਂ ਹਰ ਇੱਕ ਸਵਾਸ ਦੇ ਨਾਲ ਤੇਰਾ ਸਿਮਰਨ ਕਰਾਂਗਾ, ਧਰਮ ਦੀ ਕਿਰਤ ਕਰਾਂਗਾ, ਦਸਵੰਧ ਕੱਢ ਕੇ ਆਪ ਦੇ ਚਰਨਾਂ ਵਿੱਚ ਅਰਪਣ ਕਰਾਂਗਾ। ਬੜੀਆਂ ਫਰਿਆਦਾਂ ਕਰਦਾ, ਅਰਦਾਸਾਂ ਕਰਦਾ, ਉਹ ਕਹਿੰਦੇ ਫਿਰ ਸਰੀਰ ਰੂਪੀ ਮਿੱਟੀ ਫਿਰ ਮਾਤਾ ਦੇ ਗਰਭ ਦੇ ਵਿੱਚ ਵੀ ਪੁਕਾਰਾਂ ਹੀ ਕਰਦੀ ਹੈ। ਇਹ ਫਿਰ ਇਹ ਸਰੀਰ ਰੂਪੀ ਮਿੱਟੀ ਕਦੇ ਤਾਂ ਵਿਕਾਰਾਂ ਦੀ ਵੀ ਜਲਦੀ ਰਹਿੰਦੀ ਹੈ,
ਤੇ ਸਾਧ ਸੰਗਤ ਜੀ ਕਦੇ ਵਿਸ਼ੇ ਸੁੱਖਾਂ ਦੇ ਵਿੱਚ ਇਹ ਸੰਸਾਰ ਦੇ ਵਿਕਾਰਾਂ ਕਦੇ ਈਰਖਾਂ ਕਦੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੀ ਰਹਿੰਦੀ ਹੈ। ਝੜ ਝੜ ਪਵਹੇ ਅੰਗਿਆਰ ਤੇ ਬਾਰ ਬਾਰ ਸੰਸਾਰ ਦੇ ਅੰਦਰ ਹੀ ਜਨਮ ਧਾਰਨ ਕਰਨਾ ਪੈਂਦਾ। ਅੰਗਿਆਰ ਝੜ ਝੜ ਕਰਕੇ ਕਦੇ ਕੋਈ ਸਰੀਰ ਰੂਪੀ ਅੰਗਿਆਰਾ ਝੜ ਗਿਆ, ਕਦੇ ਕਿਸੇ ਜੂਨ ਰੂਪੀ ਅੰਗਿਆਰਾ ਝੜ ਗਿਆ, ਤੇ ਫਿਰ ਦੁਬਾਰਾ ਸੰਸਾਰ ਦੇ ਅੰਦਰ ਜਨਮ ਧਾਰਨ ਕਰਦਾ ਹੈ। ਨਾਨਕ ਜਿਨ ਕਰਤੈ ਕਾਰਨ ਕੀਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਜਿਸ ਕਰਨ ਹਾਰੇ ਪਰਮੇਸ਼ਰ ਨੇ ਇਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਸੋ ਜਾਣੈ ਕਰਤਾਰ ਉਹ ਪਰਮਾਤਮਾ ਸਭ ਦੇ ਦਿਲਾਂ ਦੀ ਜਾਣਦਾ ਹੈ। ਉਹ ਵਾਹਿਗੁਰੂ ਜੀਵ ਦੇ ਬੋਲਣ ਤੋਂ ਬਿਨਾਂ ਵੀ ਅੰਦਰ ਦੀ ਭਾਵਨਾ ਨੂੰ ਚੰਗੀ ਮੰਦੀ ਨੂੰ ਜਾਣ ਲੈਂਦਾ ਹੈ। ਪੌੜੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਹੇ ਸ਼ੇਖ ਬ੍ਰਹਮ ਫਰੀਦ, ਅਕਾਲ ਪੁਰਖ ਵਾਹਿਗੁਰੂ ਜੋ ਪਰਮਾਤਮਾ ਜੀ ਦਾ ਸਰੂਪ ਹੈ ਜਾਂ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਹੈ, ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕਦੇ ਵੀ ਕਿਸੇ ਨੇ ਨਹੀਂ ਪਾਉਣਾ ਕੀਤਾ। ਬਿਨ ਸਤਿਗੁਰ ਕਿਨਿਆ ਨਾ ਪਾਇਓ, ਨਾ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਕਿਸੇ ਨੇ ਪਾਇਆ। ਮਹਾਰਾਜ ਕਹਿੰਦੇ, ਬਿਨ ਸਤਿਗੁਰ ਕਿਸੇ ਨਾ ਕਿਨਿਆ ਨਾ ਪਾਇਆ, ਨਾ ਹੀ ਕਿਸੇ ਨੇ ਪਰਮੇਸ਼ਰ ਨੂੰ ਪਾਉਣਾ ਕੀਤਾ। ਪੂਰੇ ਸਤਿਗੁਰੂ ਜੀ ਤੋਂ ਬਿਨਾਂ ਨਾ ਤਾਂ ਗਿਆਨ ਪ੍ਰਾਪਤ ਹੁੰਦਾ, ਤੇ ਗਿਆਨ ਤੋਂ ਬਿਨਾਂ ਨਾ ਹੀ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਸਤਿਗੁਰ ਕਿਨੈ ਨਾ ਪਾਇਆ, ਸਤਿਗੁਰੂ ਜੀ ਦੇ ਬਾਝੋਂ ਪਰਮੇਸ਼ਰ ਨੂੰ ਵੀ ਕਦੇ ਕਿਸੇ ਨੇ ਨਹੀਂ ਪਾਇਆ। ਹੈ ਜੀਵਾ, ਸਤਿਗੁਰ ਵਿੱਚ ਆਪ ਰੱਖਿਓ ਨ, ਕਿਉਂਕਿ ਸਤਿਗੁਰੂ ਜੀ ਦੇ ਵਿੱਚ ਹੀ ਪਰਮਾਤਮਾ ਨੇ ਆਪਣਾ ਸਰੂਪ ਰੱਖਿਆ ਹੈ, ਨਾਮ ਦਾ ਖਜ਼ਾਨਾ ਰੱਖਿਆ ਹੈ, ਸ਼ੁਭ ਗੁਣਾਂ ਦਾ ਭੰਡਾਰਾ ਪਰਮੇਸ਼ਰ ਨੇ ਰੱਖਿਆ ਹੈ। ਕਰ ਪ੍ਰਗਟ ਆਖ ਸੁਣਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪ੍ਰਤੱਖ ਆਪਣਾ ਸਾਖਸ਼ਾਤ ਸਰੂਪ ਸੰਸਾਰ ਦੇ ਅੰਦਰ ਪ੍ਰਗਟ ਕਰਕੇ ਇਹ ਬਚਨ ਸੁਣਾਉਣਾ ਕੀਤੀ ਹੈ ਗਰੀਬ ਨਿਵਾਜ ਸਤਿਗੁਰੂ ਜੀ ਨੇ, ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰੇ ਆਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ ਆਓ। ਨਿਰੰਕਾਰ ਨੇ ਆਪ ਸਰਗੁਣ ਸਰੂਪ ਧਾਰਨ ਕਰਕੇ ਜੀਵਾਂ ਦਾ ਭਲਾ ਕੀਤਾ ਹੈ। ਪ੍ਰਤੱਖ ਦਸਾਂ ਜਾਮੇ ਅੰਦਰ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦੇ ਕਰਕੇ ਜੀਵਾਂ ਨੂੰ ਨਿਹਾਲ ਕੀਤਾ ਹੈ। ਸਤਿਗੁਰ ਮਿਲਿਆ ਸਦਾ ਮੁਕਤ ਹੈ। ਜਿਹੜੇ ਜੀਵ ਪੂਰੇ ਸਤਿਗੁਰੂ ਜੀ ਦੇ ਨਾਲ ਮਿਲੇ ਹਨ, ਉਹ ਜਾਣੋ ਕਿ ਸਦਾ ਮੁਕਤ ਹਨ, ਭਾਵ ਉਹਨਾਂ ਨੂੰ ਜੀਵਨ ਮੁਕਤੀ ਦੀ ਦਾਤ ਮਿਲ ਗਈ ਹੈ। ਉਹਨਾਂ ਨੂੰ ਕਦੇ ਵੀ ਮਾਇਆ ਦਾ ਕੋਈ ਬੰਧਨ ਨਹੀਂ ਲੱਗਦਾ, ਕਿਸੇ ਪ੍ਰਕਾਰ ਦਾ ਕੋਈ ਸੰਸਾਰ ਦੇ ਅੰਦਰ ਮਾਇਆ ਦਾ ਜੰਜਾਲ ਉਹਨਾਂ ਨੂੰ ਨਹੀਂ ਲੱਗਦਾ, ਜੋ ਪੂਰੇ ਸਤਿਗੁਰੂ ਜੀ ਦੇ ਨਾਲ ਮਨ ਬਾਣੀ ਸਰੀਰ ਕਰਕੇ ਮਿਲ ਗਏ ਹਨ, ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰਕੇ ਗੁਰੂ ਚਰਨਾਂ ਦਾ ਪਿਆਰ ਪਾ ਲਿਆ ਹੈ। ਜਿਨ੍ਹਾਂ ਨੇ ਆਪਣੇ ਅੰਦਰੋਂ ਸਰੀਰ ਦਾ ਮੋਹ ਚੁਕਾ ਦਿੱਤਾ, ਕਦੇ ਵੀ ਕਿਸੇ ਸਰੀਰ ਦਾ ਮੋਹ ਨਹੀਂ ਕਰਦੇ, ਮਿੱਟੀ ਜਾਣ ਕਰਕੇ ਪਰਮਾਤਮਾ ਦੇ ਚਰਨਾਂ ਦਾ ਪਿਆਰ ਹੀ ਕੇਵਲ ਹਿਰਦੇ ਅੰਦਰ ਧਾਰਨ ਕਰੀ ਰੱਖਦੇ ਹਨ। ਉੱਤਮ ਇਹੋ ਵਿਚਾਰ ਹੈ। ਸਤਿਗੁਰੂ ਜੀ ਕਹਿੰਦੇ, ਹੇ ਸ਼ੇਖ ਬ੍ਰਹਮ ਫਰੀਦ, ਇਹ ਵਿਚਾਰ ਸਭ ਤੋਂ ਉੱਤਮ ਹੈ। ਸੰਸਾਰ ਦੇ ਵਿਚਾਰ ਧਾਰਾਂ ਤੋਂ ਸਭ ਤੋਂ ਉੱਤਮ ਇਹ ਵਿਚਾਰ ਜਾਣਨਾ ਕਰ। ਜਿਨ ਸੱਚੇ ਸਿਉ ਚਿਤ ਲਾਇਆ, ਜਿਨ੍ਹਾਂ ਨੇ ਸੱਚੇ ਪਰਮਾਤਮਾ ਦੇ ਚਰਨਾਂ ਵਿੱਚ ਚਿਤ ਲਾਇਆ ਹੈ, ਇਹ ਜਾਣੋ ਸਭ ਤੋਂ ਉੱਤਮ ਵਿਚਾਰ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ,
ਕਿ ਉਹ ਉੱਜਲ ਕਰਮ ਹਨ, ਸਭ ਤੋਂ ਚੰਗੇ ਕਰਮ ਹੈ, ਸਭ ਤੋਂ ਵੱਡਾ ਤੇ ਪਰਮ ਧਰਮ ਹੈ ਪਰਮੇਸ਼ਵਰ ਦਾ ਸਿਮਰਨ ਕਰਨਾ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਇਹ ਉੱਜਲ ਕਰਮ ਹੈ। ਮਹਾਰਾਜ ਕਹਿੰਦੇ ਸਭ ਤੋਂ ਉੱਤਮ ਵਿਚਾਰ ਹੈ ਜੋ ਵਾਹਿਗੁਰੂ ਦੇ ਚਰਨਾਂ ਵਿੱਚ ਚਿਤ ਬਿਰਤੀ ਨੂੰ ਜੋੜਨਾ ਹੈ। ਜਗ ਜੀਵਨ ਦਾਤਾ ਪਾਇਆ, ਤੇ ਤਿਨ੍ਹਾਂ ਨੇ ਹੀ ਜਗਤ ਨੂੰ ਜੀਵਨ ਦਾਨ ਦੇਣ ਵਾਲੇ ਦਾਤੇ ਪਰਮੇਸ਼ਵਰ ਨੂੰ ਪਾਇਆ ਹੈ, ਜਿਨ੍ਹਾਂ ਨੇ ਚਿਤ ਬਿਰਤੀ ਵਾਹਿਗੁਰੂ ਦੇ ਚਰਨਾਂ ਵਿੱਚ ਜੋੜੀ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਹੈ। ਕਿਉਂਕਿ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਬੇਕੀਆਂ ਜਾਏ, ਅਨੇਕ ਜੂਨੀ ਪਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕਦੇ ਮੁਕਤ ਸਰੂਪ ਨੂੰ ਨਹੀਂ ਪ੍ਰਾਪਤ ਹੋ ਸਕੀਦਾ। ਤੋ ਇਸ ਲਈ ਸਤ ਸੰਗਤ ਜੀ, ਸਾਨੂੰ ਵੀ ਗੁਰੂ ਵਾਲੇ ਬਣਨਾ ਚਾਹੀਦਾ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪਾਨ ਕੀਤਾ। ਬੇਨਤੀ ਹੈ ਪੰਜਾਂ ਪਿਆਰੇ ਤੋਂ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਨਿਗੁਰੇ ਪੁਣੇ ਦੀ ਜੂਠ ਨੂੰ ਲਾਹ ਕਰਕੇ, ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰਕੇ, ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਧਾਰਨ ਕਰਕੇ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖੇਮਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸੰਗਤ ਬਖਸ਼ਣ ਹਾਰ ਹੋ, ਅਗਾਂਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ, ਦੇਹੋ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਉ ਮੇਲਾ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚ ਹੋ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।